ਪਰਮ ਸਨਮਾਨ ਜੋ ਗੁਰੂ ਸਵਾਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਸਾਡਾ ਵਿਸ਼ਾ, ਜਿਵੇਂ ਅਸੀਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਵੀ ਵਿਚਾਰ ਕਰ ਰਹੇ ਸਾਂ, ਉਸ ਸ਼ਖਸ ਬਾਰੇ ਹੈ, ਉਸ ਵਿਅਕਤੀ ਬਾਰੇ ਹੈ ਜਿਸ ਨੇ ਫਾਈਬਰ ਆਪਟਿਕਸ ਦੇ ਵਿੱਚ ਇੱਕ ਕ੍ਰਾਂਤੀ ਲੈ ਕੇ ਆਂਦੀ। ਜੋ ਕੁਝ ਅਸੀਂ ਅੱਜ ਇਸਤੇਮਾਲ ਕਰਦੇ ਹਾਂ, ਫਾਈਬਰ ਇੰਟਰਨੈਟ, ਫਾਈਬਰ, ਇਹਨਾਂ ਦਾ ਖੋਜ ਕਰਨ ਵਾਲੇ ਕੌਣ ਹਨ, ਉਹਨਾਂ ਦੇ ਜੀਵਨ ਬਾਰੇ ਅੱਜ ਅਸੀਂ ਗੱਲ ਕਰਾਂਗੇ। ਸਰ ਨਰਿੰਦਰ ਸਿੰਘ ਜੀ ਕਪਾਨੀ, ਬੇਨਤੀ ਕਰ ਰਿਹਾ ਹਾਂ ਵੀਰ ਮਨਮੋਹਨ ਸਿੰਘ ਜੀ, ਕਿਰਪਾ ਕਰੋ, ਅੱਜ ਦਾ ਵਿਸ਼ਾ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਸ਼ਾਸਨ ਜੀਓ, ਸਾਰੇ ਹੀ ਵਰਭਾਗੀ ਜੀਓ ਜੋ ਅੱਜ ਦੀ ਇਸ ਕਲਾਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਧਾਰਮਿਕ ਫਲਸਫੇ, ਸਿੱਖੀ ਸਿਧਾਂਤ, ਸਿੱਖ ਇਤਿਹਾਸ, ਮਹਾਨ ਗੁਰਸਿੱਖਾਂ ਦੇ ਜੀਵਨ, ਉਹਨਾਂ ਦੇ ਬਾਰੇ ਦੇ ਵਿੱਚ ਵਿਚਾਰ ਚਰਚਾ ਕਰਕੇ, ਵਿਚਾਰਾਂ ਸਾਂਝੀਆਂ ਕਰਕੇ, ਵਿਚਾਰਾਂ ਸੁਣ ਕੇ ਅਸੀਂ ਆਪਣੇ ਜੀਵਨ ਦਾ ਕੁਝ ਕੁ ਸਮਾਂ ਜੋ ਹੈ ਉਹ ਲਾਹੇ ਵਿੱਚ ਲਾਉਂਦੇ ਹਾਂ। ਸੋ ਜਿਵੇਂ ਵੀਰ ਜੀ ਨੇ ਵਿਸ਼ਾ ਅਨਾਊਂਸ ਕੀਤਾ ਹੈ ਕਿ ਅਸੀਂ ਅੱਜ ਦੇ ਇਸ ਵਿਸ਼ੇ ਦੇ ਅੰਦਰ ਇੱਕ ਮਹਾਨ ਕ੍ਰਾਂਤੀਕਾਰੀ, ਸਫਲ ਵਪਾਰੀ, ਵਧੀਆ ਲਿਖਾਰੀ, ਮਹਾਨ ਸਾਇੰਸਦਾਨ ਤੇ ਮਹਾਨ ਗੁਰਸਿੱਖ ਸਰਦਾਰ ਨਰਿੰਦਰ ਸਿੰਘ ਜੀ ਕਪਾਨੀ, ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਵਿਚਾਰਾਂ ਕਰਾਂਗੇ, ਕਿਉਂਕਿ ਹਰ ਬੁੱਧਵਾਰ ਨੂੰ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਅਤੇ ਉਹਨਾਂ ਮਹਾਨ ਗੁਰਸਿੱਖਾਂ ਦੇ, ਚਾਹੇ ਉਹ ਪੁਰਾਤਨ ਹਨ ਜਾਂ ਅਜੋਕੇ ਸਮੇਂ ਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਸਿੱਖੀ ਪ੍ਰਤੀ, ਮਨੁੱਖਤਾ ਪ੍ਰਤੀ ਯੋਗਦਾਨ ਪਾਇਆ ਹੈ, ਸਿੱਖ ਕੌਮ ਦਾ ਨਾਂ ਤੇ ਸਿਰ ਕਿਤੇ ਉੱਚਾ ਕੀਤਾ ਹੈ, ਉਹਨਾਂ ਦਾ ਇਤਿਹਾਸ ਅਸੀਂ ਜ਼ਰੂਰ ਸੁਣਦੇ ਹਾਂ, ਸੁਣਾਉਂਦੇ ਹਾਂ। ਸੋ ਜਿਸ ਗੁਰਸਿੱਖ ਪਿਆਰੇ ਦੀ ਅੱਜ ਅਸੀਂ ਵਿਚਾਰ ਕਰਨ ਜਾ ਰਹੇ ਹਾਂ, ਸਰਦਾਰ ਨਰਿੰਦਰ ਸਿੰਘ ਜੀ ਕਪਾਨੀ, ਜਦੋਂ ਮੈਂ ਉਹਨਾਂ ਦੇ ਜੀਵਨ ਨੂੰ ਪੜ੍ਹਨ ਦਾ ਯਤਨ ਕੀਤਾ ਕਿ ਮੈਂ ਇਸ ਹਫ਼ਤੇ ਉਹਨਾਂ ਦੇ ਜੀਵਨ ਦੇ ਉੱਤੇ ਵਿਚਾਰ ਕਰਨੀ ਹੈ, ਕੱਲ ਪਰਸੋਂ ਜਦੋਂ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰੀ ਤਾਂ ਮਨ ਦੇ ਅੰਦਰ ਇੱਕ ਖਿਆਲ ਆਇਆ ਕਿ ਅਸੀਂ ਦੁਨੀਆ ਦੇ ਅੰਦਰ ਕਿਸੇ ਵੀ ਖੇਤਰ ਦੇ ਵਿੱਚੋਂ ਪਿੱਛੇ ਨਹੀਂ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਤੇ ਕਿਰਪਾ ਹੈ ਕਿ ਸਿੱਖ ਜਿੱਥੇ ਇੱਕ ਸੰਪੂਰਨ ਇਨਸਾਨ ਹੈ, ਸਿੱਖ ਮਹਾਨ ਹੈ,
ਇਸੇ ਕਰਕੇ ਦੁਨੀਆ ਦੇ ਵਿੱਚ ਸਾਡਾ ਨਾਂ ਹੈ, ਸਾਨੂੰ ਸਨਮਾਨ ਮਿਲ ਰਿਹਾ ਹੈ। ਤੇ ਸਰੂਪ ਸਿੰਘ ਜੀ ਅਲੱਗ ਕਹਿੰਦੇ ਨੇ, ਪਰਾਇਆ ਦਾ ਅਨੁਮਾਨ ਸਿੱਖੀ ਮਹਾਨ। ਉਸ ਸਿੱਖੀ ਨੂੰ ਮਹਾਨ ਕਰਨ ਦੇ ਵਿੱਚ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀ, ਮਹਾਨ ਗੁਰਸਿੱਖਾਂ ਦੀ, ਗੁਰੂ ਪਾਤਸ਼ਾਹਾਂ ਦੀ ਉਹ ਕਾਲਨਾ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜੋ ਹੈ ਉਸ ਪ੍ਰਭੂ ਪਰਮਾਤਮਾ ਪ੍ਰਤੀ, ਸਿੱਖੀ ਸਿਧਾਂਤਾਂ ਅਨੁਸਾਰ ਮਨੁੱਖਤਾ ਪ੍ਰਤੀ ਜੋ ਹੈ ਉਹ ਸਮਰਪਣ ਕੀਤਾ ਹੈ। ਮੈਂ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਜਦੋਂ ਉਹਨਾਂ ਦੇ ਵਿਸ਼ੇ ਨੂੰ ਤਿਆਰ ਕਰ ਰਿਹਾ ਸੀ ਤੇ ਕੁਝ ਕੁਝ ਸਥਰਾਂ ਮੇਰੇ ਮਨ ਦੇ ਅੰਦਰ ਆਈਆਂ ਹਨ। ਅਸੀਂ ਸਿੱਖ ਹਾਂ, ਗੁਰੂ ਪਾਤਸ਼ਾਹ ਦੇ ਜਾਣੇ ਜਾਂਦੇ ਹਾਂ ਸਾਰੇ ਜਹਾਨ ਅੰਦਰ, ਸੇਵਾ ਸਿਮਰਨ ਕਿਰਤ ਤੇ ਵੰਡ ਛਕਦੇ ਪਾਉਂਦੇ ਜਗ ਵਿੱਚ ਰਹੇ ਹਾਂ ਸਨਮਾਨ ਅਸੀਂ। ਅਸੀਂ ਸਿੱਖ ਹਾਂ, ਗੁਰੂ ਪਾਤਸ਼ਾਹ ਦੇ ਜਾਣੇ ਜਾਂਦੇ ਹਾਂ ਵਿੱਚ ਜਹਾਨ ਅਸੀਂ, ਸੇਵਾ ਸਿਮਰਨ ਕਿਰਤ ਤੇ ਵੰਡ ਛਕਦੇ ਪਾਉਂਦੇ ਜਗ ਵਿੱਚ ਰਹੇ ਸਨਮਾਨ ਅਸੀਂ। ਪੂਜਕ ਇੱਕ ਅਕਾਲ ਦੇ ਮੰਨੇ ਜਾਂਦੇ, ਪੂਜਕ ਇੱਕ ਅਕਾਲ ਦੇ ਮੰਨੇ ਜਾਂਦੇ, ਤੇ ਫਿਰ ਕਹਿੰਦੇ ਕਰਦੇ ਵਧੀਆ ਜਾਣੇ ਜਾਂਦੇ ਵਧੀਆ ਧਰਮੀ ਇਨਸਾਨ ਅਸੀਂ, ਮਨੁੱਖਤਾ ਖਾਤਰ ਆਪਾ ਵਾਰਦੇ ਰਹੇ, ਜੰਗ ਵਿੱਚ ਸੂਰਬੀਰ ਯੋਧੇ ਬਲਵਾਨ ਅਸੀਂ, ਖੇਡਾਂ ਵਿੱਚ ਵੀ ਮਾਰ ਕੇ ਖੂਬ ਮਾਰੇ, ਘੋੜ ਸਵਾਰ, ਨਿਸ਼ਾਨਚੀ, ਦੌੜਾਕ, ਭਲਵਾਨ ਅਸੀਂ, ਭੁੱਖੀ ਦੁਨੀਆ ਦਾ ਪੇਟ ਭਰਦੇ ਹਾਂ, ਉਦਮੀ ਦੁਨੀਆ 'ਚ ਵਧੀਆ ਕਿਰਸਾਣੇ ਅਸੀਂ, ਵਿਦਿਆ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਨੇ, ਡਾਕਟਰ, ਇੰਜੀਨੀਅਰ, ਅਧਿਆਪਕ ਤੇ ਸਾਇੰਸਦਾਨ ਅਸੀਂ, ਖਾਲਸਾ ਰਾਜ ਦੀਆਂ ਵੀ ਮਿਸਾਲਾਂ ਕਾਇਮ ਕੀਤੀਆਂ, ਧੰਨ ਗੁਰੂ ਗੁਰੂ ਕੇ ਸਿੰਘ ਸੂਰੇ ਜਿਨ੍ਹਾਂ ਕਾਰਨ ਪਾਉਂਦੇ ਹਾਂ ਸਨਮਾਨ ਅਸੀਂ। ਗੁਰੂ ਪਿਆਰ ਵਾਲਿਓ, ਇਹਨਾਂ ਦੇ ਜੀਵਨ ਨੂੰ ਪੜ੍ਹਨ ਤੋਂ ਬਾਅਦ ਇੰਝ ਮਹਿਸੂਸ ਹੋਇਆ ਕਿ ਦੁਨੀਆ ਦਾ ਕੋਈ ਖੇਤਰ ਨਹੀਂ ਜਿਸ ਖੇਤਰ ਦੇ ਅੰਦਰ ਸਿੱਖਾਂ ਨੇ ਜੋ ਨੇ ਉਹ ਆਪਣੀਆਂ ਮੱਲਾਂ ਨਹੀਂ ਮਾਰੀਆਂ। ਡਾਕਟਰ ਸਰਦਾਰ ਨਰਿੰਦਰ ਸਿੰਘ ਜੀ ਕਪਾਣੀ ਭਾਰਤੀ ਅਮਰੀਕਨ ਭੌਤਿਕ ਵਿਗਿਆਨੀ ਸਨ ਜੋ ਕਿ ਆਪਟਿਕ ਫਾਈਬਰ ਦੇ ਪਿਤਾਮਾ ਮੰਨੇ ਜਾਂਦੇ ਹਨ। ਇਹ ਇੱਕ ਵਧੀਆ ਵਪਾਰੀ, ਸਿੱਖ ਚਿੰਤਕ, ਸਿੱਖ ਆਰਟਿਸਟ, ਸਕਾਲਰ, ਦੂਰ ਅੰਦੇਸ਼, ਸਿੱਖ ਪੰਥਕ ਜਜ਼ਬੇ ਨਾਲ ਭਰਪੂਰ ਬਹੁਪੱਖੀ ਸ਼ਖਸੀਅਤ ਸਨ। ਉਹਨਾਂ ਦਾ ਜਨਮ 31 ਅਕਤੂਬਰ 1926 ਨੂੰ ਪੰਜਾਬ ਦੇ ਇੱਕ ਨਿੱਕੇ ਜਿਹੇ ਸ਼ਹਿਰ ਮੋਗੇ ਵਿੱਚ ਇੱਕ ਗੁਰਸਿੱਖ ਪਰਿਵਾਰ ਵਿਖੇ ਹੋਇਆ। ਇਹਨਾਂ ਦਾ ਪਿਤਾ ਸਰਦਾਰ ਸੁੰਦਰ ਸਿੰਘ ਅਤੇ ਮਾਤਾ ਜੀ ਦਾ ਨਾਂ ਕੁੰਦਨ ਕੌਰ ਸੀ। ਇਹਨਾਂ ਦਾ ਪਰਿਵਾਰ ਇੱਕ ਵਧੀਆ ਲੈਂਡਲਾਰਡ ਪਰਿਵਾਰ ਸੀ। ਇਸ ਛੋਟੇ ਜਿਹੇ ਸ਼ਹਿਰ ਦੇ ਅੰਦਰ ਜਨਮੇ ਨਰਿੰਦਰ ਸਿੰਘ ਕਪਾਣੀ ਜੀ ਵਾਲੇ ਕਦੀ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਦੁਨੀਆ ਦੇ ਇਤਿਹਾਸ ਦੇ ਅੰਦਰ ਇੱਕ ਚਮਕਦੇ ਸਿਤਾਰੇ ਦੇ ਰੂਪ ਦੇ ਵਿੱਚ ਪ੍ਰਗਟ ਹੋਣਗੇ। ਬਚਪਨ 'ਚ ਹੀ ਉਹਨਾਂ ਨੇ ਆਪਣੀ ਸਕੂਲੀ ਵਿਦਿਆ ਦੇਹਰਾਦੂਨ 'ਚ ਹਾਸਲ ਕੀਤੀ ਅਤੇ ਬੜੇ ਫੁਰਤੀਲੇ, ਤੇਜ਼ ਤਰਾਰ, ਪੜ੍ਹਾਈ ਵਿੱਚ ਚੰਗੇ, ਮਿਹਨਤੀ ਅਤੇ ਲਾਇਕ ਸਨ। ਆਗਰਾ ਯੂਨੀਵਰਸਿਟੀ 'ਚੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਭਾਰਤੀ ਆਰਡਨੈਂਸ ਫੈਕਟਰੀ ਵਿੱਚ ਇੱਕ ਸਰਵਿਸ ਆਫਿਸਰ ਦੇ ਤੌਰ ਦੇ ਉੱਤੇ ਨੌਕਰੀ ਕੀਤੀ। 1952 ਵਿੱਚ ਉਹਨਾਂ ਨੇ ਉੱਚ ਵਿਦਿਆ ਹਾਸਲ ਕਰਨ ਲਈ ਇੰਪੀਰੀਅਲ ਕਾਲਜ ਲੰਡਨ ਵਿੱਚ ਜਾ ਕੇ ਦਾਖਲਾ ਲਿਆ ਅਤੇ ਪੜ੍ਹਾਈ ਦੇ ਨਾਲ ਨਾਲ ਆਪਟਿਕਸ ਵਿੱਚ ਖੋਜ ਵੀ ਜੋ ਉਹ ਕਰਦੇ ਰਹੇ। ਇੱਥੇ ਹੀ ਉਹਨਾਂ ਨੂੰ ਆਪਟਿਕਸ ਵਿੱਚ PhD ਲਈ ਵੀ ਥਾਂ ਦਿੱਤੀ ਗਈ ਤੇ 1955 ਵਿੱਚ ਇਹਨਾਂ ਨੇ ਇਹ ਡਿਗਰੀ ਜੋ ਸੀ ਹਾਸਲ ਕੀਤੀ। ਡਾਕਟਰ ਕਪਾਣੀ ਨੇ ਸਾਬਤ ਕੀਤਾ ਕਿ ਰੋਸ਼ਨੀ ਸਿਰਫ ਸਿੱਧੀ ਰੇਖਾ ਸਟ੍ਰੇਟ ਲਾਈਨ 'ਚ ਨਹੀਂ ਚੱਲਦੀ, ਕਿਉਂਕਿ ਆਈਨਸਟਾਈਨ ਦੀ ਇਹ ਖੋਜ ਸੀ ਕਿ ਰੋਸ਼ਨੀ ਹਮੇਸ਼ਾ ਸਿੱਧੀ ਲਾਈਨ ਦੇ ਵਿੱਚ, ਲਾਈਟ ਜੋ ਹੈ ਉਹ ਸਿੱਧੀ ਲਾਈਨ ਵਿੱਚ ਚੱਲਦੀ ਹੈ, ਸਟ੍ਰੇਟ ਲਾਈਨ 'ਚ ਚੱਲਦੀ ਹੈ। ਉਹਨਾਂ ਨੇ ਇਹ ਸਮਝਿਆ ਕਿ ਜੇਕਰ ਕੱਚ ਦੀਆਂ ਬਰੀਕ ਤੰਦਾਂ ਦੀ ਵਰਤੋਂ ਨਾਲ ਇਸ ਨੂੰ ਮੋੜਿਆ ਵੀ ਜਾ ਸਕਦਾ ਹੈ। ਅਜਿਹੀਆਂ ਕਈ ਤਕਨੀਕਾਂ ਜਿਸ ਵਿੱਚ ਹਾਈ ਸਪੀਡ ਇੰਟਰਨੈਟ ਵੀ ਸ਼ਾਮਲ ਹੈ, ਉਹਨਾਂ ਦੀ ਮਿਹਨਤ ਅਤੇ ਇਸ ਕਾਢ ਕਾਰਨ ਹੀ ਸੰਸਾਰ ਦੇ ਵਿੱਚ ਸੰਭਵ ਹੋਇਆ। ਰੋਸ਼ਨੀ ਅਤੇ ਕੈਮਰੇ ਦੀਆਂ ਬਾਰੀਕੀਆਂ ਬਾਰੇ ਡਾਕਟਰ ਨਰਿੰਦਰ ਸਿੰਘ ਕੰਪਾਨੀ ਨੂੰ ਸ਼ੁਰੂਆਤੀ ਸਬਕ ਜੋ ਸੀ ਉਹ ਬਚਪਨ ਵਿੱਚ ਹੀ ਮਿਲ ਗਏ ਸਨ।
ਕਿਉਂਕਿ ਉਹਨਾਂ ਦੇ ਪਿਤਾ ਜੀ ਜੋ ਸਨ ਉਹ ਪਹਿਲੇ ਵਿਸ਼ਵ ਯੁੱਧ ਵਿੱਚ ਬਰਤਾਨਵੀ ਏਅਰਫੋਰਸ ਦਾ ਹਿੱਸਾ ਰਹੇ ਸਨ। ਉਹ ਏਅਰਫੋਰਸ ਦਾ ਹਿੱਸਾ ਹੋਣ ਕਾਰਨ ਕੈਮਰੇ ਦੂਰਬੀਨ ਦੇ ਮਾਹਿਰ ਸਨ। ਪੜ੍ਹਾਈ ਦੌਰਾਨ ਜਦੋਂ ਇੱਕ ਟੀਚਰ ਨੇ ਆਈਨਸਟਾਈਨ ਦੀ ਥਿਊਰੀ ਮੁਤਾਬਕ ਇਹ ਗੱਲ ਕਹੀ ਕਿ ਰੋਸ਼ਨੀ ਸਟ੍ਰੇਟ ਲਾਈਨ ਵਿੱਚ ਚੱਲਦੀ ਹੈ ਤਾਂ ਉਹ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਹੋ ਗਏ ਅਤੇ ਇੱਥੇ ਹੀ ਉਹਨਾਂ ਦੇ ਮਿਸ਼ਨ ਦਾ ਜਨਮ ਹੋਇਆ। ਅਸਲ 'ਚ ਇਹ ਬੱਚਾ ਕਈ ਸਾਲਾਂ ਤੋਂ ਬਾਕਸ ਕੈਮਰਾ ਨਾਲ ਖੇਡਦਾ ਸੀ। ਉਹ ਸਮਝਦਾ ਸੀ ਕਿ ਲੈਂਸ ਤੇ ਪ੍ਰਿਜ਼ਮ ਨਾਲ ਰੋਸ਼ਨੀ ਨੂੰ ਵੱਖ-ਵੱਖ ਦਿਸ਼ਾਵਾਂ ਵੱਲ ਮੋੜਿਆ ਜਾ ਸਕਦਾ ਹੈ। ਆਪਣੇ ਇੱਕ ਇੰਟਰਵਿਊ ਵਿੱਚ ਉਹ ਇਸ ਪਲ ਬਾਰੇ ਦੱਸਦੇ ਹਨ, ਮੇਰੇ ਇੱਕ ਅਧਿਆਪਕ ਨੇ ਮੈਨੂੰ ਕਿਹਾ ਕਿ ਰੋਸ਼ਨੀ ਸਿਰਫ ਸਿੱਧੀ ਰੇਖਾ ਵਿੱਚ ਹੀ ਸਫ਼ਰ ਕਰਦੀ ਹੈ। ਮੈਂ ਇਹ ਗੱਲ ਨੂੰ ਮੰਨਣਾ ਨਹੀਂ ਸੀ ਚਾਹੁੰਦਾ। ਮੈਂ ਉਹਨਾਂ ਦੀ ਗੱਲ ਨੂੰ ਸਾਬਤ ਕਰਨ ਦਾ ਫੈਸਲਾ ਕੀਤਾ। ਇੱਥੋਂ ਹੀ ਮੇਰਾ ਮਿਸ਼ਨ ਜੋ ਸੀ ਉਹ ਸ਼ੁਰੂ ਹੋਇਆ। ਡਾਕਟਰ ਕਪਾਨੀ ਨੇ ਇਸੇ ਗੱਲ ਨੂੰ ਆਪਣਾ ਮਿਸ਼ਨ ਬਣਾਇਆ। ਇਹੀ ਜਨੂੰਨ ਉਹਨਾਂ ਨੂੰ ਪਹਿਲਾਂ ਲੰਡਨ ਤੇ ਫਿਰ ਅਮਰੀਕਾ ਲੈ ਗਿਆ। 1952 ਵਿੱਚ ਉਹ ਇੰਪੀਰੀਅਲ ਕਾਲਜ ਲੰਡਨ ਵਿੱਚ ਆਪਟਿਕਸ ਵਿੱਚ ਉੱਚ ਵਿਦਿਆ ਲਈ ਜੋ ਸਨ ਗਏ। ਉੱਥੇ ਹੀ ਉਹਨਾਂ ਨੇ ਡਾਕਟਰੇਟ ਦੀ ਡਿਗਰੀ ਜੋ ਸੀ 1955 ਵਿੱਚ ਹਾਸਲ ਵੀ ਕੀਤੀ। ਇੱਥੇ ਹੀ ਪੜ੍ਹਾਈ ਦੌਰਾਨ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੇ ਹੀ ਨਹੀਂ ਸਗੋਂ ਪਿਛਲੇ ਕਈ ਦਹਾਕਿਆਂ ਤੋਂ ਯੂਰਪ ਦੇ ਸਾਇੰਟਿਸਟ ਲਚਕੀਲੇ ਕੱਚ ਫਾਈਬਰਸ ਰਾਹੀਂ ਰੋਸ਼ਨੀ ਨੂੰ ਸੰਚਾਰ ਕਰਨ ਦੇ ਤਰੀਕਿਆਂ ਤੇ ਅਧਿਐਨ ਜੋ ਹੈ ਕਰ ਰਹੇ ਹਨ। ਇਹਨਾਂ ਸਾਇੰਟਿਸਟ ਵਿੱਚ ਇੱਕ ਹਰਨੋਲਡ ਹੌਪਕਿੰਸ ਵੀ ਸਨ। ਡਾਕਟਰ ਕਪਾਨੀ ਹੌਪਕਿੰਸ ਨਾਲ ਬਤੌਰੇ ਖੋਜ ਸਹਾਇਕ ਕੰਮ ਕਰਨ ਲੱਗੇ। 1953 ਵਿੱਚ ਉਹ ਆਪਟੀਕਲ ਫਾਈਬਰ ਬੰਡਲ ਰਾਹੀਂ ਵਧੀਆ ਤਸਵੀਰ ਪਾਸ ਕਰਨ ਵਿੱਚ ਕਾਮਯਾਬ ਹੋ ਗਏ। 1955 ਵਿੱਚ ਨੇਚਰ ਮੈਗਜ਼ੀਨ ਵਿੱਚ ਦੋਵਾਂ ਨੇ ਖੋਜ ਪੱਤਰ ਵੀ ਜੋ ਸੀ ਉਹ ਛਾਪਿਆ ਸੀ। ਇਸ ਤੋਂ ਪਹਿਲਾਂ ਵੀ ਇਸ ਵਿਸ਼ੇ ਤੇ ਕੰਮ ਹੋ ਰਿਹਾ ਸੀ, ਪਰ ਕਪਾਨੀ ਅਤੇ ਹੌਪਕਿੰਸ ਦੀ ਜੋੜੀ ਦੀਆਂ ਕੋਸ਼ਿਸ਼ਾਂ ਨੇ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਤਸਵੀਰਾਂ ਆਪਟੀਕਲ ਫਾਈਬਰ ਰਾਹੀਂ ਪਾਸ ਕੀਤੀਆਂ। ਇਸ ਉਪਲਬਧੀ ਨੇ ਨਾਲ ਹੀ ਚਲਦੀ ਡੱਚ ਸਾਇੰਟਿਸਟ ਦੀ ਜੋ ਖੋਜ ਬ੍ਰਾਮ ਵੈਨ ਹੀਲ ਜੋ ਡੰਚ ਸਾਇੰਟਿਸਟ ਸਨ ਉਹਨਾਂ ਦੀ ਖੋਜ ਦੀ ਫਾਈਬਰ ਕਲੋਡਿੰਗ ਦੇ ਨਾਲ ਫਾਈਬਰ ਆਪਟਿਕਸ ਵਿੱਚ ਇੱਕ ਵੱਡਾ ਜੋ ਸੀ ਇਨਕਲਾਬ ਲੈ ਕੇ ਆਏ। ਇਹਨਾਂ ਨੇ ਦੋਵਾਂ ਨੇ ਆਪਟੀਕਲ ਫਾਈਬਰ ਤੇ ਇਕੱਠਿਆਂ ਹੀ ਮਹੱਤਵਪੂਰਨ ਜੋ ਸਨ ਪ੍ਰਾਪਤੀਆਂ ਕੀਤੀਆਂ। ਇਹ ਖੋਜ ਪੱਤਰ ਛਪਣ ਤੋਂ ਬਾਅਦ ਜਦੋਂ ਇਹਨਾਂ ਨੇ 1955 ਵਿੱਚ ਨੇਚਰ ਮੈਗਜ਼ੀਨ ਦੇ ਵਿੱਚ ਇੱਕ ਖੋਜ ਪੱਤਰ ਛਾਪਿਆ, ਇਸ ਖੋਜ ਪੱਤਰ ਦੇ ਛਪਣ ਤੋਂ ਬਾਅਦ ਹੀ ਡਾਕਟਰ ਹਾਪਕਿੰਸ ਤੇ ਡਾਕਟਰ ਕਪਾਨੀ ਜੋ ਸਨ ਇਹ ਵੱਖ-ਵੱਖ ਹੋ ਗਏ ਅਤੇ ਵੱਖ-ਵੱਖ ਹੀ ਕੰਮ ਕਰਨਾ ਸ਼ੁਰੂ ਹੋ ਗਏ। ਟਾਪ ਮੋਸਟ ਸਾਇੰਟਿਸਟ ਡਾਕਟਰ ਕਪਾਨੀ ਨੇ ਡਾਕਟਰ ਹਾਪਕਿੰਸ ਦੇ ਨਾਲ 1953 ਵਿੱਚ ਪਹਿਲੀ ਵਾਰ ਫਾਈਬਰ ਆਪਟੀਕਲ ਦੇ ਰਾਹੀਂ ਸਾਫ਼ ਦੇਖੀ ਜਾਣ ਵਾਲੀ ਵਧੀਆ ਤਸਵੀਰ ਜੋ ਸੀ ਉਹ ਜਗ ਜ਼ਾਹਿਰ ਕੀਤੀ। 1955 ਵਿੱਚ ਆਪਣੀ ਡਾਕਟਰੇਟ ਤੋਂ ਬਾਅਦ ਡਾਕਟਰ ਨਰਿੰਦਰ ਸਿੰਘ ਕਪਾਨੀ ਦੀ ਸੋਚ ਭਾਰਤ ਵਾਪਸ ਆ ਕੇ ਆਪਣੀ ਕੰਪਨੀ ਸ਼ੁਰੂ ਕਰਨ ਦੀ ਸੀ। ਇੱਕ ਪ੍ਰੋਫੈਸਰ ਦੋਸਤ ਦੀ ਸਲਾਹ ਉੱਤੇ ਉਹ ਅਮਰੀਕਾ ਚਲੇ ਗਏ ਅਤੇ ਯੂਨੀਵਰਸਿਟੀ ਆਫ ਰੋਚਸਟਰ ਵਿੱਚ ਬਤੌਰੇ ਪ੍ਰੋਫੈਸਰ ਅਤੇ ਕੁਝ ਕੰਪਨੀਆਂ ਨਾਲ ਬਤੌਰੇ ਸਲਾਹਕਾਰ ਜੋ ਸਨ ਉਹ ਜੁੜ ਗਏ ਸਨ। 1960 ਦੇ ਵਿੱਚ ਕੰਪਨੀ ਨੇ ਜੋ ਸੀ ਇਹ ਫਾਈਬਰ ਆਪਟਿਕਸ ਜਿਹੜੀ ਟਰਮ ਸੀ ਇਸ ਨੂੰ ਕਾਇਮ ਕੀਤਾ ਤੇ ਅਮਰੀਕਾ ਵਿੱਚ ਉਹਨਾਂ ਨੇ ਇਸ ਨਵੇਂ ਖੇਤਰ ਦੀ ਇੱਕ ਪਹਿਲੀ ਕਿਤਾਬ ਫਾਈਬਰ ਆਪਟੀਕਲ ਪ੍ਰਿੰਸੀਪਲਸ ਐਂਡ ਐਪਲੀਕੇਸ਼ਨ ਨੂੰ ਜੋ ਹੈ ਲਿਖਿਆ। ਇਹ ਬਹੁਤ ਮਸ਼ਹੂਰ ਹੋਈ। ਇਹ ਇੱਕ ਮਸ਼ਹੂਰ ਖੋਜਕਰਤਾ, ਰਿਸਰਚਰ, ਰਾਈਟਰ ਤੇ ਸਪੋਕਸਪਰਸਨ ਬਣ ਗਏ। ਡਾਕਟਰ ਕਪਾਨੀ ਨੇ ਜਦੋਂ ਇੱਕ ਅਮਰੀਕਾ ਦੇ ਵਿੱਚ ਜਾ ਕੇ ਪਹੁੰਚੇ ਨੇ, ਉੱਥੇ ਖੋਜਕਰਤਾ ਅਧਿਐਨ ਰਿਸਰਚ ਵਰਕ ਦੇ ਨਾਲ ਨਾਲ ਉਹਨਾਂ ਨੂੰ 1960 ਵਿੱਚ ਪਾਲੋ ਆਲਟੋ ਵਿੱਚ ਆਪਣੀ ਪਹਿਲੀ ਕੰਪਨੀ ਆਪਟਿਕਸ ਟੈਕਨੋਲੋਜੀ ਜੋ ਸੀ ਉਹ ਸ਼ੁਰੂ ਕੀਤੀ। 1999 ਵਿੱਚ K2 ਆਪਟ੍ਰੋਨਿਕਸ ਨਾਮ ਦੀਆਂ ਕੰਪਨੀਆਂ ਜੋ ਸਨ ਸ਼ੁਰੂ ਕੀਤੀਆਂ। ਡਾਕਟਰ ਕਪਾਨੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਨਾਲ ਨਾਲ ਹੋਰ ਵੀ ਕਈ ਯੂਨੀਵਰਸਿਟੀ ਵਿੱਚ ਵਿਦਿਅਕ ਅਦਾਰਿਆਂ ਵਿੱਚ ਇਹਨਾਂ ਨੇ ਪੜ੍ਹਾਉਣ ਦੀ ਸੇਵਾ ਵੀ ਕੀਤੀ। ਸਿਲੀਕਾਨ ਵੈਲੀ ਹਿਸਟੋਰੀਕਲ ਐਸੋਸੀਏਸ਼ਨ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਉਹਨਾਂ ਦੱਸਿਆ ਸੀ ਕਿ ਉਹ ਹਮੇਸ਼ਾ ਤੋਂ ਹੀ
ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਜੇ ਕਿ ਉਹ ਪੜ੍ਹਾਈ ਖਤਮ ਕਰਕੇ ਵਾਪਸ ਭਾਰਤ ਪਰਤ ਕੇ ਆਪਣਾ ਕਾਰੋਬਾਰ ਜੋ ਹੈ ਉਸ ਨੂੰ ਸ਼ੁਰੂ ਕਰਨਗੇ। ਇੰਪੀਰੀਅਲ ਕਾਲਜ ਵਿੱਚ ਪੜ੍ਹਨ ਵੇਲੇ ਉਹਨਾਂ ਨੂੰ ਸਕਾਲਰਸ਼ਿਪ ਵੀ ਦਿੱਤਾ ਗਿਆ ਤਾਂ ਕਿ ਉਹ ਕੋਡ ਫਾਈਬਰ ਉੱਤੇ ਖੋਜ ਵੀ ਕਰਦੇ ਰਹਿਣ। ਉਹਨਾਂ ਨੇ 1 ਸਾਲ ਇਸ ਉੱਤੇ ਕੰਮ ਕੀਤਾ ਤਾਂ ਕਿ ਉਹ ਕੱਚ ਦੀਆਂ ਇਹੋ ਜਿਹੀਆਂ ਤੰਦਾਂ ਬਣਾ ਸਕਣ, ਪਰੋ ਸਕਣ, ਤਾਂ ਕਿ ਉਹਨਾਂ ਵਿੱਚੋਂ ਰੋਸ਼ਨੀ ਅਤੇ ਤਸਵੀਰਾਂ ਜੋ ਨੇ ਉਹ ਇਕੱਠੀਆਂ ਹੀ ਜੋ ਹਨ ਨਿਕਲ ਸਕਣ। ਉਹਨਾਂ ਦੇ ਇਸ ਕੰਮ ਵਿੱਚ ਸਫਲ ਵੀ ਰਹੇ ਅਤੇ ਇਸ ਬਾਰੇ ਉਹਨਾਂ ਨੇ ਕਈ ਲੇਖ ਵੀ ਲਿਖੇ। ਉਹ ਦੱਸਦੇ ਹਨ ਕਿ ਉਹ ਆਪਣੇ ਪ੍ਰੋਫੈਸਰ ਕੋਲ ਗਏ ਅਤੇ ਉਸ ਨੂੰ ਦੱਸਿਆ ਕਿ ਉਹ ਮੇਰੇ ਕੰਮ ਬਾਰੇ ਕੀ ਸੋਚਦੇ ਹਨ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਆਪਣਾ ਮਕਸਦ ਪੂਰਾ ਕਰ ਲਿਆ ਅਤੇ ਹੁਣ ਮੈਂ ਵਾਪਸ ਭਾਰਤ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈ, ਕੰਪਨੀ ਖੋਲ੍ਹਣੀ ਹੈ। ਕਪਾਨੀ ਕਹਿੰਦੇ ਹਨ ਕਿ ਉਹਨਾਂ ਨੇ ਮੈਨੂੰ ਕਿਹਾ ਕਿ 2 ਮਹੀਨੇ ਉਡੀਕ ਕਰਾਂ, ਰੁਕ ਜਾਵਾਂ। ਮੈਂ ਸੋਚਿਆ ਉਹ ਕੋਈ ਹੋਰ ਬੰਦਾ ਲੱਭਣਗੇ ਦਾ ਸਮਾਂ ਮੰਗ ਰਹੇ ਹਨ ਤਾਂ ਕਿ ਜੋ ਕੰਮ ਮੈਂ ਸ਼ੁਰੂ ਕੀਤਾ ਉਹ ਪੂਰਾ ਕਰ ਸਕਣ। ਪਰ ਉਹ ਯੂਨੀਵਰਸਿਟੀ ਆਫ ਲੰਡਨ ਦੀ ਸੈਨੇਟ ਵਿੱਚ ਚਲੇ ਗਏ। ਪ੍ਰੋਫੈਸਰ ਬਾਰੇ ਗੱਲ ਕਰਦੇ ਨੇ ਕਿ ਉਹ ਪ੍ਰੋਫੈਸਰ ਯੂਨੀਵਰਸਿਟੀ ਆਫ ਲੰਡਨ ਦੀ ਸੈਨੇਟ ਵਿੱਚ ਚਲੇ ਗਏ ਅਤੇ ਮੇਰੇ ਕੀਤੇ ਕੰਮ ਬਾਰੇ ਉਹਨਾਂ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇੱਕ ਬਹੁਤ ਹੀ ਕਾਬਲ ਰਿਸਰਚ ਸਕਾਲਰ ਹੈ, ਸਾਇੰਟਿਸਟ ਹੈ, ਇਸ ਨੂੰ ਹਰ ਹੀਲੇ ਇਹ ਕੰਮ ਪੂਰਾ ਕਰਨ ਲਈ ਰੋਕਣਾ ਹੈ। ਅਤੇ ਉਸਨੇ ਮੇਰਾ PhD ਦੇ ਵਿੱਚ ਉੱਥੇ ਦਾਖਲਾ ਜੋ ਸੀ ਉਹ ਕਰਵਾ ਕੇ ਮੈਨੂੰ ਰੋਕ ਲਿਆ। ਕਪਾਨੀ ਕਹਿੰਦੇ ਹਨ ਮੇਰੀ PhD ਕਰਨ ਦੀ ਕੋਈ ਇੱਛਾ ਨਹੀਂ ਸੀ। ਮੈਂ ਸੋਚਦਾ ਸੀ ਕਿ ਇਹ ਬੰਦੇ ਨੂੰ ਵਿਦਵਾਨ ਬਣਾ ਦੇਵੇਗੀ, ਮੈਂ ਤਾਂ ਸਫਲ ਵਪਾਰੀ ਬਣਨਾ ਚਾਹੁੰਦਾ ਸੀ। ਡਾਕਟਰ ਕਪਾਨੀ ਦਾ 1954 ਵਿੱਚ ਸਤਿੰਦਰ ਕੌਰ ਦੇ ਨਾਲ ਵਿਆਹ ਹੋਇਆ ਜੋ ਕਿ ਬਰਤਾਨੀਆ ਵਿੱਚ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕਰ ਰਹੇ ਸਨ। ਉਹਨਾਂ ਦੀ ਕਾਬਲੀਅਤ ਇਤਨੀ ਸੀ ਕਿ ਜਦੋਂ ਉਹਨਾਂ ਨੇ ਇਟਲੀ ਦੇ ਫਲੋਰੈਂਸ 'ਚ ਆਪਣਾ ਪਹਿਲਾ ਪਰਚਾ ਪੜ੍ਹਿਆ ਤਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉੱਥੇ ਹੀ ਰੋਚੈਸਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਨਾਂ ਨੂੰ ਅਮਰੀਕਾ ਆਉਣ ਦਾ ਜੋ ਸੀ ਉਹ ਸੱਦਾ ਵੀ ਦੇ ਦਿੱਤਾ। ਕਰੀਬ 1 ਸਾਲ ਨੌਕਰੀ ਤੋਂ ਬਾਅਦ ਉਹਨਾਂ ਨੇ ਅਮਰੀਕਾ 'ਚ ਆਪਣੀ ਕੰਪਨੀ ਖੋਲ੍ਹ ਕੇ ਜੋ ਸੀ ਉਹ ਵਪਾਰ ਸ਼ੁਰੂ ਕਰ ਦਿੱਤਾ। ਆਪਣੀ ਬੈਚਲਰ ਡਿਗਰੀ ਤੋਂ ਬਾਅਦ ਆਰਡਨਸ ਫੈਕਟਰੀ ਵਿੱਚ ਕੰਮ ਕਰਦਿਆਂ ਆਪਟੀਕਲ ਟੂਲਸ ਨੂੰ ਬਣਾਉਣ ਦਾ ਕੰਮ ਵੀ ਕੀਤਾ। UK ਇੰਪੀਰੀਅਲ ਕਾਲਜ ਦਿਨ ਰਾਤ ਇੱਕ ਕਰਕੇ ਕੱਚ ਦੀਆਂ ਤੰਦਾਂ ਆਪਟੀਕਲ ਫਾਈਬਰਸ ਤੇ ਇੱਕ ਬੰਡਲ ਚੋਂ ਤਸਵੀਰਾਂ ਦੇ ਸੰਚਾਰ ਲਈ ਵਰਤਿਆ। ਐਂਡੋਸਕੋਪੀ ਕੈਮਰੇ ਦੀ ਸ਼ੁਰੂਆਤੀ ਖੋਜ ਵੀ ਡਾਕਟਰ ਕੰਪਾਨੀ ਦੇ ਸਮੇਂ ਦੌਰਾਨ ਹੀ ਹੋਈ। ਡਾਕਟਰ ਨਰਿੰਦਰ ਸਿੰਘ ਕੰਪਾਨੀ ਦੀਆਂ ਖੋਜਾਂ ਵਿੱਚ ਫਾਈਬਰ ਆਪਟਿਕਸ, ਸੰਚਾਰ, ਲੇਜ਼ਰ, ਬਾਇਓਮੈਡੀਕਲ ਇੰਸਟਰੂਮੈਂਟੇਸ਼ਨ ਦੇ ਨਾਲ ਨਾਲ ਸੋਲਰ ਐਨਰਜੀ, ਪ੍ਰਦੂਸ਼ਣ ਨਿਗਰਾਨੀ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਅਤੇ ਖੋਜਾਂ ਸਨ। ਉਹਨਾਂ ਕੋਲ ਲਗਭਗ 100 ਤੋਂ ਵੱਧ ਜੋ ਸਨ ਉਹ ਪੈਟੈਂਟ ਵੀ ਸਨ। ਉਹਨਾਂ ਦੀਆਂ ਇਹਨਾਂ ਕਾਢਾਂ ਖੋਜਾਂ 'ਚ ਪਾਏ ਹਿੱਸੇ ਦੇ ਨਾਲ ਨਾਲ ਇੱਕ ਸਫਲ ਬਿਜ਼ਨਸਮੈਨ ਵੀ ਬਣੇ ਅਤੇ ਸਿੱਖ ਕਲਾ ਲਈ ਮਹੱਤਵਪੂਰਨ ਕੰਮ ਕਰਨ ਲਈ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। 2009 ਵਿੱਚ ਨੋਬਲ ਪੁਰਸਕਾਰ ਦੀ ਚੋਣ ਵਾਸਤੇ ਟਰਾਂਸਮਿਸ਼ਨ ਆਫ ਲਾਈਟ ਥਰੂ ਫਾਈਬਰ ਆਪਟਿਕਸ ਦੀ ਚੋਣ ਲਿਸਟ ਵਿੱਚ ਇਹਨਾਂ ਦਾ ਨਾਮ ਵੀ ਦੱਸਿਆ ਜਾਂਦਾ ਹੈ, ਪਰ ਲੋਕੀ ਉਦੋਂ ਹੈਰਾਨ ਹੋਏ ਜਦੋਂ ਇਹਨਾਂ ਨੂੰ ਨੋਬਲ ਪ੍ਰਾਈਜ਼ ਦੀ ਦੌੜ ਤੋਂ ਬਾਹਰ ਰੱਖਿਆ ਗਿਆ। ਅਤੇ ਫਿਜ਼ਿਕਸ ਦੇ ਖੇਤਰ ਵਿੱਚ ਉਹ ਅਵਾਰਡ ਸਾਇੰਟਿਸਟ ਚਾਰਲਸ ਕੇ ਕਾਓ ਜੋ ਕਿ ਚੀਨ ਦਾ ਰਹਿਣ ਵਾਲਾ ਸੀ ਉਸ ਨੂੰ ਦਿੱਤਾ ਗਿਆ। ਕਮੇਟੀ ਨੇ ਨੋਟ ਕੀਤਾ ਕਿ ਚਾਰਲਸ ਕੇ ਕਾਓ ਨੇ 1966 ਵਿੱਚ ਡਿਸਕਵਰੀ ਕੀਤੀ ਸੀ ਜਿਸ ਨੇ ਫਾਈਬਰ ਆਪਟਿਕਸ ਦੇ ਲਈ ਜੋ ਸੀ ਉਹ ਰਾਹ ਖੋਲਿਆ ਸੀ। ਡਾਕਟਰ ਕਪਾਨੀ ਨੂੰ ਜਦੋਂ ਨੋਬਲ ਪ੍ਰਾਈਜ਼ ਨਹੀਂ ਦਿੱਤਾ ਗਿਆ ਤਾਂ ਉਹਨਾਂ ਦਾ ਇਸ ਦੇ ਉੱਤੇ ਕੋਈ ਕਿਸੇ ਕਿਸਮ ਦਾ ਗਿਲਾ ਅਤੇ ਸ਼ਿਕਵਾ ਨਹੀਂ ਸੀ। ਇਸ ਗੱਲ ਦੇ ਉੱਤੇ ਬਹੁਤ ਵੱਡਾ ਚਰਚਾ ਹੋਇਆ, ਕਈ ਲੋਕਾਂ ਨੇ ਪੂਰੇ ਵਿਸ਼ਵ ਦੇ ਅੰਦਰ ਇਸ ਗੱਲ ਨੂੰ ਜੋ ਹੈ ਰੋਸ ਵਜੋਂ ਵੀ ਲਿਆ ਕਿ ਡਾਕਟਰ ਕਪਾਨੀ ਜੋ ਸਨ ਉਹ ਡਿਜ਼ਰਵ ਕਰਦੇ ਸਨ, ਉਹਨਾਂ ਨੂੰ ਹਰ ਹਾਲਤ ਦੇ ਵਿੱਚ ਜੋ ਸੀ ਇਹ ਨੋਬਲ ਪ੍ਰਾਈਜ਼ ਦਿੱਤਾ ਜਾਣਾ ਚਾਹੀਦਾ ਸੀ। ਡਾਕਟਰ ਕਮਲਪਾਲ ਸਿੰਘ ਜਿਨ੍ਹਾਂ ਨੇ 10 ਸਾਲ ਨਰਿੰਦਰ ਸਿੰਘ ਕਪਾਨੀ ਦੇ ਕੰਮ ਦਾ ਅਧਿਐਨ ਕੀਤਾ ਦੱਸਦੇ ਹਨ ਕਿ ਜਿਸ ਵੇਲੇ ਡਾਕਟਰ ਕਪਾਨੀ ਨੇ ਆਪਟੀਕਲ ਫਾਈਬਰ ਦੀ ਖੋਜ ਕੀਤੀ ਉਸ ਵੇਲੇ ਲੋਕੀ ਇਹ ਚਰਚਾ ਕਰ ਰਹੇ ਸਨ ਕਿ ਇਸ ਰਾਹੀਂ ਸੂਚਨਾ ਕਿਤਨੀ ਦੂਰ ਭੇਜੀ ਜਾ ਸਕਦੀ ਹੈ ਅਤੇ ਇਸ ਦੀਆਂ ਕੀ ਕਮੀਆਂ ਹਨ। ਉਹਨਾਂ ਮੁਤਾਬਕ ਡਾਕਟਰ ਕਪਾਨੀ ਇਸ ਮਸਲੇ 'ਚ ਕੁਝ ਘੱਟ ਖੁਸ਼ਕਿਸਮਤ ਸਨ। UK ਵਿੱਚ ਆਪਟੀਕਲ ਫਾਈਬਰ ਬਣਾਉਣ ਲਈ
ਉਸ ਜਿਸ ਕੱਚ ਗਲਾਸ ਦੀ ਇਸਤੇਮਾਲ ਕਰ ਰਹੇ ਸਨ ਉਸ ਵਿੱਚ ਕਈ ਕਿਸਮ ਦੀਆਂ ਅਸ਼ੁੱਧੀਆਂ ਮਿਲਾਵਟਾਂ ਸਨ, ਭਾਵ ਉਹ ਗਲਾਸ ਉਹ ਕੱਚ ਜੋ ਸੀ ਪਿਓਰ ਨਹੀਂ ਸੀ। ਡਾਕਟਰ ਕਮਲ ਦੱਸਦੇ ਹਨ ਕਿ ਇਹ ਬਹੁਤ ਹੀ ਇਨੀਸ਼ੀਅਲ ਸਟੇਜ ਸ਼ੁਰੂਆਤੀ ਸਮਾਂ ਸੀ, ਉਦੋਂ ਇਹੋ ਜਿਹੀਆਂ ਕਾਢਾਂ ਜਾਂ ਯੰਤਰ ਵੀ ਨਹੀਂ ਸਨ ਜੇ ਇੰਨੇ ਬਰੀਕ ਆਪਟੀਕਲ ਫਾਈਬਰ ਨੂੰ ਸੰਭਾਲ ਸਕਦੇ ਹੋਣ। ਇਹ ਇੱਕ ਵਾਲ ਜਿੰਨਾ ਬਰੀਕ ਸੀ, ਇਸਦੇ ਟੁੱਟਣ ਦਾ ਖਤਰਾ ਹੁੰਦਾ ਸੀ, ਫਿਰ ਵੀ ਡਾਕਟਰ ਕਪਾਨੀ ਨੇ ਇਹੋ ਜਿਹੇ ਹਾਲਾਤਾਂ ਵਿੱਚ ਆਪਣੀ ਨਿਪੁੰਨਤਾ ਵਿਖਾਈ। ਉਹਨਾਂ ਇਹ ਦਿਖਾਇਆ ਕਿ ਇਹਨਾਂ ਰੇਸ਼ਿਆਂ ਫਾਈਬਰਸ ਰਾਹੀਂ ਰੋਸ਼ਨੀ 20 ਮੀਟਰ ਦੂਰ ਤੱਕ ਜਾ ਸਕਦੀ ਹੈ। ਚੀਨੀ ਪਿਛੋਕੜ ਵਾਲੇ ਸਾਇੰਟਿਸਟ ਚਾਰਲਸ ਕਾਓ, ਜਿਨ੍ਹਾਂ ਨੂੰ 2009 ਚ ਨੋਬਲ ਪ੍ਰਾਈਜ਼ ਦਿੱਤਾ ਗਿਆ, ਉਹਨਾਂ ਨੇ ਆਪਣੀ ਖੋਜ ਦੌਰਾਨ ਇਹ ਦੇਖਿਆ ਸੀ ਕਿ ਕੱਚ ਦੀ ਰੋਸ਼ਨੀ ਇਸ ਵਿੱਚ 20 ਕਿਲੋਮੀਟਰ ਤੱਕ ਸਫ਼ਰ ਨਹੀਂ ਕਰ ਸਕਦੀ ਅਤੇ ਉਹ ਜੋ ਇੰਪਿਊਰਿਟੀਜ਼ ਨੇ ਉਹ ਇਹਦੇ ਵਿੱਚ ਰੁਕਾਵਟ ਬਣ ਰਹੀਆਂ ਹਨ। ਉਸਨੇ ਭੌਤਿਕ ਵਿਗਿਆਨ ਦੇ ਕਈ ਨਿਯਮਾਂ ਨੂੰ ਲਾਗੂ ਕੀਤਾ ਅਤੇ ਅਸ਼ੁੱਧੀਆਂ ਰਹਿਤ ਕੱਚ ਦੀ ਵਰਤੋਂ ਕੀਤੀ, ਇਸ ਕਾਰਨ ਰੋਸ਼ਨੀ ਦਾ ਦੂਰ ਤੱਕ ਸੰਚਾਰ ਹੋਣਾ ਸੰਭਵ ਸੀ। ਡਾਕਟਰ ਕਮਲਪ੍ਰੀਤ ਸਿੰਘ, ਜੋ ਕਿ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿੱਚ ਪ੍ਰੋਫੈਸਰ ਹਨ, ਉਹ ਦੱਸਦੇ ਹਨ ਕਿ ਸ਼ਾਇਦ ਡਾਕਟਰ ਕਪਾਨੀ ਨੂੰ ਇਸ ਬਾਰੇ ਪਤਾ ਸੀ ਕਿ ਕੱਚ ਦੀਆਂ ਅਸ਼ੁੱਧੀਆਂ ਭਾਵ ਇੰਪਿਊਰਿਟੀਜ਼ ਦੂਰ ਕਰਨ ਨਾਲ ਚੰਗੇ ਨਤੀਜੇ ਆ ਸਕਦੇ ਹਨ, ਪਰ ਉਹਨਾਂ ਨੇ ਆਪਣਾ ਧਿਆਨ ਵਪਾਰ ਵੱਲ ਕੇਂਦਰਿਤ ਕਰ ਲਿਆ ਸੀ। ਡਾਕਟਰ ਕਮਲਪ੍ਰੀਤ ਸਿੰਘ ਦੇ ਮੁਤਾਬਕ ਅੱਜ ਦੁਨੀਆ ਵਿੱਚ ਇੰਟਰਨੈਟ ਦਾ ਹਰ ਥਾਂ ਦੇ ਉੱਤੇ ਜੋ ਇਸਤੇਮਾਲ ਹੈ ਉਹ ਤਾਂ ਹੀ ਸੰਭਵ ਹੋ ਸਕਿਆ ਜੋ ਡਾਕਟਰ ਕਪਾਨੀ ਦੀਆਂ ਅਣਥੱਕ ਮਿਹਨਤ ਅਤੇ ਉਹਨਾਂ ਦੀਆਂ ਖੋਜਾਂ ਸਨ। ਮੈਡੀਕਲ ਫੀਲਡ ਵਿੱਚ ਅੱਜ ਵੱਡੇ ਪੱਧਰ ਦੇ ਉੱਤੇ ਵਰਤੇ ਜਾਂਦੇ ਆਕਸੀਮੀਟਰ, ਲੇਜ਼ਰ ਟੈਕਨੀਕਸ, ਐਂਡੋਸਕੋਪੀ ਵੀ ਇਹਨਾਂ ਦੀਆਂ ਖੋਜਾਂ ਦਾ ਹੀ ਨਤੀਜਾ ਹਨ, ਭਾਵ ਕਿ ਡਾਕਟਰ ਕਪਾਨੀ ਨੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਵਿਦਿਆ ਵਿਚਾਰਿਤਾ ਪਰਉਪਕਾਰੀ ਆਪਣੀ ਵਿਦਿਆ ਨੂੰ ਪਰਉਪਕਾਰ ਦੇ ਵਾਸਤੇ ਹੀ ਇਸਤੇਮਾਲ ਕੀਤਾ। ਸਲਾਹਕਾਰ ਜੋ ਹੈ ਭਾਰਤ ਦੀ ਜੋ ਸਰਕਾਰ ਸੀ ਉਹ ਉਹਨਾਂ ਨੂੰ ਉਸ ਵੇਲੇ ਰੱਖਿਆ ਮੰਤਰਾਲੇ ਦੇ ਵਿੱਚ ਸਲਾਹਕਾਰ ਵੀ ਲਾਉਣਾ ਚਾਹੁੰਦੀ ਸੀ, ਜੋ ਡਾਕਟਰ ਕਪਾਨੀ ਅਤੇ ਹੋਰ ਹਵਾਲਿਆਂ ਤੋਂ ਲੱਭਦਾ ਹੈ। ਬੇਸ਼ੱਕ ਭਾਰਤ ਅਤੇ ਦੁਨੀਆਂ 'ਚ ਲੋਕੀ ਡਾਕਟਰ ਕਪਾਨੀ ਨੂੰ ਨੋਬਲ ਪ੍ਰਾਈਜ਼ ਨਾ ਮਿਲਣ ਤੋਂ ਹੈਰਾਨ ਸਨ, ਕਿਉਂਕਿ ਆਪਟੀਕਲ ਫਾਈਬਰ 'ਚ ਸ਼ੁਰੂਆਤੀ ਖੋਜਾਂ 'ਚ ਡਾਕਟਰ ਕਪਾਨੀ ਦਾ ਬਹੁਤ ਯੋਗਦਾਨ ਸੀ, ਪਰ ਉਹਨਾਂ ਦੀ ਧੀ ਮੁਤਾਬਕ ਉਹਨਾਂ ਦੇ ਪਿਤਾ ਨੇ ਕਦੀ ਵੀ ਕਿਸੇ ਗੱਲ 'ਤੇ ਸ਼ਿਕਵਾ ਨਹੀਂ ਕੀਤਾ। ਉਹਨਾਂ ਨੋਬਲ ਪੁਰਸਕਾਰ ਨਾ ਮਿਲਣ ਦੀ ਕਦੇ ਸ਼ਿਕਾਇਤ ਤੱਕ ਵੀ ਨਹੀਂ ਕੀਤੀ, ਬਲਕਿ ਜੋ ਕੁਝ ਹਾਸਲ ਸੀ ਉਸ ਲਈ ਹੀ ਹਮੇਸ਼ਾ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਹ ਦੱਸਦੇ ਹਨ ਕਿ ਜਿਸ ਵੇਲੇ ਚਾਰਲਸ ਕਾਓ ਨੂੰ 2009 ਚ ਨੋਬਲ ਪ੍ਰਾਈਜ਼ ਮਿਲਿਆ ਤਾਂ ਉਹਨਾਂ ਦੇ ਪਿਤਾ ਡਾਕਟਰ ਕਪਾਨੀ ਬਹੁਤ ਖੁਸ਼ ਹੋਏ ਸਨ, ਉਹ ਬਹੁਤ ਹਸਮੁਖ ਸੁਭਾਅ ਦੇ ਸਨ ਅਤੇ ਹਮੇਸ਼ਾ ਭਵਿੱਖ ਵੱਲ ਜੋ ਸੀ ਉਹ ਕੇਂਦਰਿਤ ਰਹਿੰਦੇ ਸਨ। ਖੁਦ ਡਾਕਟਰ ਕਪਾਨੀ ਨੇ ਇਸ ਮਸਲੇ ਤੇ ਵਿਚਾਰ ਦਿੰਦਿਆਂ ਕਿਹਾ ਸੀ ਕਿ ਉਹ ਚੋਣ ਸੂਚੀ 'ਚ ਸਭ ਤੋਂ ਅੱਗੇ ਸਨ, ਚੋਣ ਕਮੇਟੀ ਮੈਂਬਰ ਵੀ ਉਹਨਾਂ ਦੇ ਕੰਮ ਖੋਜ ਕਰਕੇ ਉਹਨਾਂ ਦੇ ਹੱਕ 'ਚ ਸਨ, ਪਰ ਫਿਰ ਉਸ ਫੈਸਲੇ ਤੇ ਹੈਰਾਨ ਜ਼ਰੂਰ ਹੋਏ। ਨਾਲ ਹੀ ਕਹਿੰਦੇ ਹਨ ਕਿ ਸ਼ਾਇਦ ਚਾਰਲਸ ਕਾਓ ਦੇ ਕੀਤੇ ਕੰਮ 'ਚ ਮੇਰੇ ਤੋਂ ਕੁਝ ਵਿਸ਼ੇਸ਼ ਵਧੀਆ ਜ਼ਰੂਰ ਹੋਇਆ ਹੋਣਾ ਜਿਸ ਕਰਕੇ ਉਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ, ਉਹ ਮੈਰਿਟ 'ਚ ਮੇਰੇ ਤੋਂ ਉੱਪਰ ਹੋਏ ਹੋਣਗੇ। ਉਹਨਾਂ ਦੇ ਕੰਮ ਦੇ ਕਿਸੇ ਨਾ ਕਿਸੇ ਪੱਖ ਨੇ ਉਹਨਾਂ ਨੂੰ ਚੋਣ ਕਰਨ ਵਾਲਿਆਂ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਹੋਣਾ। ਕਮਾਲ ਦੀ ਗੱਲ ਸੀ ਕਿ ਜਦੋਂ ਪੱਤਰਕਾਰਾਂ ਨੇ ਡਾਕਟਰ ਕਪਾਨੀ ਨੂੰ ਨੋਬਲ ਪ੍ਰਾਈਜ਼ ਬਾਰੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ, ਮੇਰੇ ਵੱਲੋਂ ਡਾਕਟਰ ਕਾਓ ਨੂੰ ਢੇਰ ਸਾਰੀਆਂ ਮੁਬਾਰਕਾਂ, ਮੇਰਾ ਮਕਸਦ ਕੰਮ ਕਰਨਾ ਹੈ, ਫਲ ਦੀ ਚਿੰਤਾ ਕਰਨੀ ਜਾਂ ਇਨਾਮ ਲੈਣਾ ਨਹੀਂ। ਜੋ ਵੀ ਜੱਜਾਂ ਨੇ ਫੈਸਲਾ ਕੀਤਾ ਹੈ ਉਹ ਬਿਲਕੁਲ ਸਹੀ ਹੋਵੇਗਾ, ਮੈਂ ਇਸ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ, ਮੈਂ ਤਾਂ ਚਾਹੁੰਦਾ ਹਾਂ ਦੁਨੀਆ ਭਰ ਦੇ ਹੋਰ ਫਿਜ਼ਿਕਸ ਪ੍ਰੇਮੀ ਜੁਟਣ ਤਾਂ ਕਿ ਮਨੁੱਖਤਾ ਦੀ ਭਲਾਈ ਲਈ ਖੋਜਾਂ ਜਾਰੀ ਰਹਿ ਸਕਣ। ਜੋ ਮੇਰੇ ਵੱਲੋਂ ਹੋ ਸਕਦਾ ਹੋਵੇਗਾ ਮੈਂ ਉਹਨਾਂ ਦੀ ਹਰ ਸੰਭਵ ਜੋ ਹੈ ਉਹ ਮਦਦ ਵੀ ਕਰਾਂਗਾ, ਉਹਦੇ ਵਿੱਚ ਆਪਣੀ ਕੋਸ਼ਿਸ਼ ਵੀ ਕਰਾਂਗਾ, ਹਿੱਸਾ ਵੀ ਪਾਵਾਂਗਾ। ਇਹ ਇੱਕ ਵਿਅਕਤੀ ਦੇ ਮਹਾਨ ਹੋਣ ਦੀਆਂ ਨਿਸ਼ਾਨੀਆਂ ਨੇ
ਕਿ ਜਿਸ ਨੂੰ ਨੋਬਲ ਪ੍ਰਾਈਜ਼ ਨਹੀਂ ਦਿੱਤਾ ਜਾ ਰਿਹਾ ਉਹ ਦੂਜੇ ਦੇ ਨੋਬਲ ਪ੍ਰਾਈਜ਼ ਦੇ ਉੱਤੇ ਖੁਸ਼ ਵੀ ਹੈ, ਉਹਨੂੰ ਮੁਬਾਰਕ ਵੀ ਦਿੰਦਾ ਹੈ ਅਤੇ ਦੁਨੀਆ ਨੂੰ ਸੱਦਾ ਵੀ ਦਿੰਦਾ ਕਿ ਦੁਨੀਆ ਦੇ ਨੌਜਵਾਨ ਇਸ ਫੀਲਡ ਦੇ ਵਿੱਚ ਅੱਗੇ ਆਉਣ ਤਾਂ ਮੈਂ ਹਰ ਪੱਖ ਤੋਂ ਉਹਨਾਂ ਦੀ ਮਦਦ ਕਰਨ ਵਾਸਤੇ ਤਿਆਰ ਹਾਂ ਤਾਂ ਕਿ ਅਸੀਂ ਮਨੁੱਖਤਾ ਦਾ ਭਲਾ ਨਵੀਆਂ ਖੋਜਾਂ ਦੇ ਨਾਲ ਕਰ ਸਕੀਏ। ਡਾਕਟਰ ਨਰਿੰਦਰ ਸਿੰਘ ਕਪਾਨੀ ਜੀ ਨੇ ਇੱਕ ਕਿਤਾਬ ਦਾ ਮੈਨ ਹੂ ਬੈਂਟ ਦਾ ਲਾਈਟ ਵੀ ਲਿਖੀ ਹੈ। ਉਸ ਵਿੱਚ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਕੁਝ ਪੜ੍ਹਨ ਨੂੰ ਮਿਲਦਾ ਹੈ। ਉਸ ਕਿਤਾਬ 'ਚੋਂ ਲਿਖਦੇ ਹਨ ਕਿ ਭਾਰਤ ਸਰਕਾਰ ਉਹਨਾਂ ਨੂੰ ਰੱਖਿਆ ਮੰਤਰਾਲੇ ਦਾ ਸਲਾਹਕਾਰ ਲਾਉਣਾ ਚਾਹੁੰਦੀ ਸੀ। ਉਹ ਦੱਸਦੇ ਹਨ ਕਿ ਜਦੋਂ ਉਹ ਅਮਰੀਕਾ ਵਿੱਚ ਸਨ, ਇੱਕ ਦਿਨ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਜੀ ਨੇ ਉਹਨਾਂ ਨੂੰ ਮਿਲਣ ਦੇ ਲਈ ਬੁਲਾਇਆ। ਮਹਾਰਾਜਾ ਪਟਿਆਲਾ ਦੇ ਨਾਲ ਨਾਲ ਉਸ ਵਕਤ ਉਹਨਾਂ ਦੀ ਮੁਲਾਕਾਤ ਜੋ ਸੀ ਭਾਰਤ ਦੇ ਸੰਯੁਕਤ ਰਾਸ਼ਟਰ ਨੁਮਾਇੰਦੇ ਕ੍ਰਿਸ਼ਨਾ ਮੈਨਨ ਨਾਲ ਵੀ ਹੋਈ। ਇਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਉਹ ਨਵੀਂ ਦਿੱਲੀ ਪੰਡਿਤ ਨਹਿਰੂ ਪ੍ਰਧਾਨ ਮੰਤਰੀ ਨੂੰ ਮਿਲੇ ਤਾਂ ਨਹਿਰੂ ਨੇ ਉਹਨਾਂ ਨੂੰ ਉੱਚ ਅਹੁਦੇ ਉੱਤੇ ਚੰਗੀ ਤਨਖਾਹ ਲਈ ਪੱਤਰ ਆਪਣੇ ਹੱਥੀਂ ਜੋ ਸੀ ਉਹ ਲਿਖ ਕੇ ਦਿੱਤਾ ਅਤੇ ਜਿੱਥੇ ਭੇਜਣਾ ਸੀ ਉੱਥੇ ਭੇਜਿਆ। ਕਪਾਨੀ ਨੂੰ 2 ਮਹੀਨੇ ਤੱਕ ਇੰਤਜ਼ਾਰ ਕਰਨ ਲਈ ਕਿਹਾ ਗਿਆ ਪਰ ਉਹਨਾਂ ਦੇ ਮੁਤਾਬਕ ਜਦੋਂ ਸਰਕਾਰੀ ਮਹਿਕਮਿਆਂ ਵੱਲੋਂ 2 ਮਹੀਨੇ ਤੱਕ ਮੈਨੂੰ ਜਵਾਬ ਕੋਈ ਨਾ ਆਇਆ ਤਾਂ ਉਹ ਫਿਰ ਵਾਪਸ ਵਿਦੇਸ਼ ਚਲੇ ਗਏ। ਡਾਕਟਰ ਕਪਾਨੀ ਇੱਕ ਮਹਾਨ ਸਾਇੰਸਦਾਨ, ਲਿਖਾਰੀ, ਵਪਾਰੀ ਹੋਣ ਦੇ ਨਾਲ ਨਾਲ ਇੱਕ ਚੰਗੇ ਗੁਰਸਿੱਖ ਅਤੇ ਮਹਾਨ ਇਨਸਾਨ ਵੀ ਸਨ। ਆਪਣੀ ਲਿਖਤ ਵਿੱਚ ਉਹ ਦੇਸ਼ ਦੀ ਵੰਡ ਵੇਲੇ ਹੋਈ ਕਤਲੋਗਾਰ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ ਕਿ ਉਹਨਾਂ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੰਗਿਆਂ 'ਚ ਇੱਕ ਮੁਸਲਮਾਨ ਪਰਿਵਾਰ ਦੀ ਜਾਨ ਬਚਾਈ ਸੀ ਅਤੇ ਉਹ ਉਹਨਾਂ ਉਸ ਕਤਲੋਗਾਰਤ ਤੋਂ ਉਹਨਾਂ ਦੰਗਿਆਂ ਤੋਂ ਬਹੁਤ ਦੁਖੀ ਸਨ। ਇਹ ਉਹਨਾਂ ਦੀ ਇਨਸਾਨੀਅਤ ਪ੍ਰਤੀ ਹਮਦਰਦੀ ਅਤੇ ਗੁਰੂ ਆਸ਼ਿਨ ਨਾ ਕੋ ਵੈਰੀ ਨਾ ਏ ਬੇਗਾਨਾ ਸਗਲ ਸੰਗ ਹਮਕੋ ਬਰਿਆਈ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਦੀ ਝਲਕ ਜੋ ਹੈ ਦਰਸਾਉਂਦਾ ਹੈ। ਇੱਕ ਸਿੱਖ ਚਿੰਤਕ ਅਤੇ ਪੰਥਕ ਸੋਚ ਦੇ ਧਾਰਨੀ ਇਹ ਸਨ ਡਾਕਟਰ ਕਪਾਨੀ। ਉਹ ਆਪਣੀਆਂ ਲਿਖਤਾਂ 'ਚ ਲਿਖਦੇ ਹਨ ਕਿ 1967 ਵਿੱਚ ਆਪਣੀ ਕੰਪਨੀ ਆਪਟਿਕ ਟੈਕਨੋਲੋਜੀ ਨੂੰ ਜਨਤਕ ਲੈ ਜਾਣ ਤੋਂ ਬਾਅਦ ਉਹ ਆਰਥਿਕ ਪੱਧਰ ਦੇ ਉੱਤੇ ਬਹੁਤ ਮਜ਼ਬੂਤ ਹੋ ਗਏ ਸਨ। ਫਿਰ ਮੈਨੂੰ ਖਿਆਲ ਆਇਆ ਕਿ ਮੇਰੇ ਸਿੱਖ ਹੋਣ ਦੇ ਮਾਣ ਅਤੇ ਸਿੱਖ ਕਲਾ ਪ੍ਰਤੀ ਮੇਰੀ ਪ੍ਰਤੀਬੱਧਤਾ ਨੇ ਮੈਨੂੰ ਸਿੱਖ ਆਰਟ ਨਾਲ ਜੁੜੀਆਂ ਚੀਜ਼ਾਂ ਨੂੰ ਇਕੱਠੀਆਂ ਕਰਨ ਲਈ ਪ੍ਰੇਰਿਆ ਅਤੇ ਇਸ ਦੇ ਨਾਲ ਸਿੱਖ ਫਾਊਂਡੇਸ਼ਨ ਨਾਮ ਦੀ ਜੋ ਉਹਨਾਂ ਨੇ ਇੱਕ ਸੰਸਥਾ ਜੋ ਸੀ ਉਹ ਸ਼ੁਰੂ ਕੀਤੀ। ਸਿੱਖ ਫਾਊਂਡੇਸ਼ਨ ਸੰਸਥਾ ਜੋ ਸੀ ਉਹ ਹੋਂਦ ਵਿੱਚ ਆਈ। ਪੰਥਕ ਪਿਆਰ ਅਤੇ ਪੰਥਕ ਦਰ ਰੱਖਣ ਵਾਲੇ ਡਾਕਟਰ ਕਪਾਨੀ ਨੇ ਦਰਬਾਰ ਸਾਹਿਬ ਤੇ 1984 ਚ ਹੋਏ ਹਮਲੇ ਪ੍ਰਤੀ ਆਪਣੇ ਅਹੁਦੇ, ਕਾਰੋਬਾਰ, ਪੁਰਸਕਾਰਾਂ, ਇਨਾਮਾਂ ਦੀ ਪਰਵਾਹ ਨਾ ਕਰਦੇ ਹੋਏ ਹਾਂ ਦਾ ਜੋ ਸੀ ਉਹ ਨਾਰਾ ਮਾਰਿਆ ਸੀ। ਉਹਨਾਂ ਨੇ ਰੋਸ ਜਿਤਾਉਂਦੇ ਹੋਏ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਨਾਲ ਹੋਏ ਇਸ ਜ਼ੁਲਮ ਦੀ ਆਵਾਜ਼ ਨੂੰ ਚੁੱਕਿਆ ਅਤੇ ਸਿੱਖਾਂ ਨਾਲ ਹੋਏ ਧੱਕੇ ਨੂੰ ਉਜਾਗਰ ਕੀਤਾ ਸੀ ਕਿਉਂਕਿ ਉਸ ਵੇਲੇ ਵਿਸ਼ਵ ਦੇ ਹਰ ਕੋਨੇ ਵਿੱਚ ਹਰ ਸਿੱਖ ਪੰਥ ਦਰਦੀ ਜੋ ਸੀ ਉਸਦਾ ਹਿਰਦਾ ਜੋ ਸੀ ਵਿਲੂੰਦ ਰਿਹਾ ਗਿਆ ਸੀ। ਹਰ ਸਿੱਖ ਜੋ ਸੀ ਉਸ ਵੇਲੇ ਅੰਤਰ ਆਤਮਾ ਦੁਖੀ ਸੀ ਅਤੇ ਸਰਕਾਰ ਵੱਲੋਂ ਕੀਤੇ ਗਏ ਜ਼ੁਲਮ ਪ੍ਰਤੀ ਜੋ ਸੀ ਉਹਦੀ ਬਹੁਤ ਵੱਡੇ ਉਹਦੇ ਅੰਦਰ ਜੋ ਸਨ ਉਹ ਜ਼ੁਲਮ ਪ੍ਰਤੀ ਇੱਕ ਵਿਰੋਧ ਜੋ ਸੀ ਉਹ ਬੈਠਾ ਹੋਇਆ ਸੀ। ਕਿਸੇ ਵਿਦਵਾਨ ਨੇ ਉਸ ਸਾਕੇ ਨੂੰ ਇਸ ਤਰੀਕੇ ਦੇ ਨਾਲ ਵਰਣਨ ਕੀਤਾ ਹੈ ਕਿ ਉਹ ਜੋ ਸਾਕਾ ਸੀ ਉਸ ਸਾਕੇ ਨੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਏ ਹਰ ਗੁਰੂ ਕੇ ਸਿੱਖ ਨੂੰ ਜਿਹੜਾ ਪੰਥਕ ਸੋਚ ਰੱਖਣ ਵਾਲਾ ਸੀ, ਜਿਹੜਾ ਜਿਹਦੀ ਜ਼ਮੀਰ ਜਾਗਦੀ ਤੇ ਜ਼ਿੰਦਾ ਸੀ, ਉਹਨੂੰ ਤੜਪਾ ਕੇ ਰੱਖ ਦਿੱਤਾ ਅਤੇ ਉਹਦੇ ਅੰਦਰ ਜੋ ਸੀ ਰੋਸ ਸੁਭਾਵਿਕ ਤੌਰ ਦੇ ਉੱਤੇ ਜਾਗ ਪਿਆ ਸੀ। ਉਸਨੇ ਬਿਨਾਂ ਆਪਣੇ ਅਹੁਦਿਆਂ ਦੀ ਪਰਵਾਹ ਕੀਤੇ ਹੋਏ ਕੋਈ ਗੁਰਸਿੱਖ ਕਿਤੇ ਵੀ ਬੈਠਾ ਸੀ, ਉਸਨੇ ਆਪਣਾ ਬਣਦਾ ਯੋਗਦਾਨ ਜੋ ਸੀ ਉਸ ਘੱਲੂਘਾਰੇ ਦੇ ਅੰਦਰ ਰੋਸ ਵਜੋਂ ਜ਼ਰੂਰ ਪਾਇਆ ਸੀ। ਕਿਸੇ ਵਿਦਵਾਨ ਨੇ ਉਸ ਘੱਲੂਘਾਰੇ ਨੂੰ ਯਾਦ ਕਰਦੇ ਹੋਏ ਲਿਖਿਆ ਹੈ ਕਿ ਜਿਸ ਧਰਤੀ ਦੀ ਖਾਤਰ ਅਸਾਂ ਖੈਬਰ ਦੇ ਦਲ ਮਰਲੇ, ਜਿਸ ਦੀਆਂ ਧੀਆਂ ਛਡਾਵਣ ਖਾਤਰ ਅਸੀਂ ਡੱਟ ਡੱਟ ਮਾਰੇ ਹੱਲੇ, ਜਿਸ ਧਰਤੀ ਦੀ ਖਾਤਰ ਅਸੀਂ ਚੁੰਮੇ ਫਾਂਸੀ ਦੇ ਰੱਸੇ, ਜਿਸ ਧਰਤੀ ਦੀ ਖਾਤਰ ਮਰੀਏ ਖੁਸ਼ਹਾਲ ਦੇਸ਼ ਸਾਡਾ ਵਸੇ, ਉਸ ਧਰਤੀ ਤੇ ਝੁਲੀ ਹਨੇਰੀ ਮੱਕਾ ਸਾਡਾ ਢਾਇਆ, ਇਹ ਤੀ ਮਾਰ ਪਈ ਕਰਲਾਨੇ ਤੈਂ ਕੀ ਦਰਦ ਨਾ ਆਇਆ। ਕਿ ਬਹੁਤ ਵੱਡਾ ਜ਼ੁਲਮ ਸੀ
ਜਿਸ ਦੇਸ਼ ਦੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਜਿਸ ਦੇਸ਼ ਦੀਆਂ ਇੱਜ਼ਤਾਂ ਤੇ ਬਹੁ ਬੇਟੀਆਂ ਦੀ ਰਾਖੀ ਕੀਤੀ, ਜਿਸ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਆਪਣਾ ਖੂਨ ਡੋਲਿਆ, ਉਸ ਦੇਸ਼ ਦੇ ਅੰਦਰ ਇਤਨਾ ਵੱਡਾ ਜ਼ੁਲਮ ਸੀ ਕਿ ਸਾਡੇ ਸਰਵਉੱਚ ਧਾਰਮਿਕ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਤੇ ਤੋਪਾਂ ਜੋ ਚੜਾ ਦਿੱਤੀਆਂ ਗਈਆਂ, ਹਰ ਸਿੱਖ ਦਾ ਹਿਰਦਾ ਵਿਲੁੰਦਰਿਆ ਸੀ। ਡੱਠਾ ਕਹਿਰ ਨਹੀਂ ਸੀ ਗੁਰੂ ਦਰਬਾਰ ਉੱਤੇ, ਡੱਠਾ ਕਹਿਰ ਨਹੀਂ ਸੀ ਗੁਰੂ ਦਰਬਾਰ ਉੱਤੇ। ਦਰਸ਼ਨੀ ਡਿਊਟੀ ਦੀ ਬੜੀ ਤਬਾਹੀ ਹੋਈ ਸੀ, ਅਕਾਲ ਤਖ਼ਤ ਦੀ ਪੁੱਛੋ ਨਾ ਗੱਲ ਕੋਈ, ਜੋ ਇਮਾਰਤ ਭੁਚਾਲਣ ਨੇ ਢਾਈ ਹੋਈ ਸੀ। ਬਿਨਿਆ ਪਿਆ ਸੀ ਇਉਂ ਹਰਮੰਦਰ, ਜ਼ਖਮ ਹੋਣ ਜੋ ਸੋਹਣੇ ਸਰੀਰ ਉੱਤੇ ਕਿਸੇ ਮੂਰਖ ਨੇ ਪਾਏ ਹੋਣ, ਦਾਗ ਜਿਉਂ ਸ਼ਾਨਦਾਰ ਸੁਨਹਿਰੀ ਤਸਵੀਰ ਉੱਤੇ ਪਾਵਨ ਮੰਦਿਰ ਨੂੰ ਗੋਲੀਆਂ ਵੱਜੀਆਂ ਜੋ ਉਹ ਹਰ ਸਿੱਖ ਪਰਿਵਾਰ ਨੂੰ ਵੱਜੀਆਂ ਸਨ, ਗੁਰੂ ਗ੍ਰੰਥ ਨੂੰ ਲੱਗੀਆਂ ਗੋਲੀਆਂ ਜੋ ਸਾਰੇ ਸਿੱਖ ਸੰਸਾਰ ਨੂੰ ਲੱਗੀਆਂ ਸਨ, ਫਿਰ ਇਹ ਟੈਂਕ ਪਰਿਕਰਮਾ ਦੇ ਵਿੱਚ ਉਦੋਂ ਪਈਆਂ ਤਰੇੜਾਂ ਸੰਗਮਰਮਰੀ ਸਿਲਾਂ ਉੱਤੇ, ਸਮਝੋ ਟੈਂਕ ਨਹੀਂ ਸਨ ਫਿਰੇ ਸਿਲਾਂ ਉੱਤੇ, ਟੈਂਕ ਫਿਰੇ ਸਨ ਸਿੱਖਾਂ ਦੇ ਦਿਲਾਂ ਉੱਤੇ, ਜਿਸ ਘਰ ਅੰਦਰ ਸ਼ਰਧਾਵਾਨ ਆ ਕੇ ਨਾਲ ਬਖਸ਼ਿਸ਼ਾਂ ਦੇ ਝੋਲੀਆਂ ਭਰਦੇ ਸਨ, ਉੱਥੇ ਔਰਤਾਂ ਬੱਚਿਆਂ ਸਾਰਿਆਂ ਨੂੰ ਥਾਂ ਪ੍ਰਸ਼ਾਦ ਦੇ ਮਿਲੀਆਂ ਗੋਲੀਆਂ ਸਨ। ਤਾਲ ਵਿੱਚ ਜੋ ਕਰਨ ਇਸ਼ਨਾਨ ਆਏ, ਨਾਲ ਲਹੂ ਦੇ ਖੂਬ ਇਸ਼ਨਾਨ ਹੋਏ, ਪੰਜਵੇਂ ਗੁਰੂ ਦੇ ਸ਼ਹੀਦੀ ਪੁਰਬ ਉੱਤੇ ਆਏ ਸ਼ਰਧਾਲੂ ਲਹੂ ਲਿਹਾਣ ਹੋਏ, ਇਹੋ ਜਿਹੀਆਂ ਹਾਲਾਤਾਂ ਦੇ ਅੰਦਰ ਸਮੁੱਚਾ ਸਿੱਖ ਜਗਤ ਜੋ ਸੀ ਉਹ ਤੜਪ ਉੱਠਿਆ ਸੀ, ਤੇ ਇਸ ਦਾ ਜੋ ਸੁਭਾਵਿਕ ਤੌਰ ਦੇ ਉੱਤੇ ਅਸਰ ਉਸ ਮਹਾਨ ਸਾਇੰਸਦਾਨ ਤੇ ਵਧੀਆ ਵਪਾਰੀ, ਸ਼ੁਭ ਚਿੰਤਕ, ਲਿਖਾਰੀ ਮਹਾਨ ਭਾਈ ਨਰਿੰਦਰ ਸਿੰਘ ਜੀ ਕਪਾਣੀ ਦੇ ਉੱਤੇ ਵੀ ਹੋਇਆ। ਅਤੇ ਫਿਰ ਉਹਨਾਂ ਨੇ ਆਪਣਾ ਬਣਦਾ ਯੋਗਦਾਨ ਪਾਉਂਦੇ ਹੋਏ ਭਾਰਤ ਵਰਸ਼ ਦੇ ਇਸ ਕਾਰਜ ਨੂੰ ਨਿੰਦਣ ਦੇ ਲਈ ਪੂਰੇ ਅਮਰੀਕਾ ਦੇ ਅੰਦਰ ਜੋ ਸੀ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਅਖਬਾਰਾਂ ਦੇ ਅੰਦਰ ਉਹਨਾਂ ਨੇ ਜੋ ਸੀ ਇਸ ਬਾਰੇ ਜੋ ਸਨ ਲੇਖ ਛਪਵਾਏ। ਇਸ ਦਾ ਖਮਿਆਜਾ ਉਹਨਾਂ ਨੂੰ ਇੱਥੇ ਤੱਕ ਭੁਗਤਣਾ ਪਿਆ ਕਿ ਉਹਨਾਂ ਨੂੰ ਆਪਣੀ ਮਾਤਾ ਜੀ ਦੇ ਅਕਾਲ ਚਲਾਣੇ ਤੇ ਭਾਰਤ ਨਹੀਂ ਆਉਣ ਦਿੱਤਾ ਗਿਆ। ਉਹਨਾਂ ਦੀ ਮਾਤਾ ਦਾ ਅਕਾਲ ਚਲਾਣਾ ਜੋ ਸੀ ਉਹ 31 ਅਕਤੂਬਰ 1984 ਨੂੰ ਹੋਇਆ, ਜਿਸ ਦਿਨ ਇੰਦਰਾ ਗਾਂਧੀ ਮਾਰੀ ਗਈ ਸੀ। ਦਾ ਮੈਨ ਹੂ ਬੈਂਟ ਲਾਈਟ ਵਿੱਚ ਉਹ ਆਪਣੀ ਮਾਤਾ ਜੀ ਦੇ ਅਕਾਲ ਚਲਾਣੇ ਉੱਤੇ ਭਾਰਤ ਨਾ ਆਉਣ ਦਾ ਕਾਰਨ ਦੱਸਦੇ ਹੋਏ ਲਿਖਦੇ ਹਨ, ਮੈਂ ਅਮਰੀਕਾ ਵਿੱਚ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹੋਏ ਕਤਲੇਆਮ ਬਾਰੇ ਸਿੱਖ ਸਮੂਹਾਂ ਅਤੇ ਅਮਰੀਕੀ ਕਾਂਗਰਸ ਨਾਲ ਰਲ ਕੇ ਇਸ ਦੀ ਜਾਂਚ ਕਰਵਾਉਣ ਅਤੇ ਭਾਰਤ ਸਰਕਾਰ ਦੀ ਨਿੰਦਾ ਕੀਤੇ ਜਾਣ ਬਾਰੇ ਕੰਮ ਕਰ ਰਿਹਾ ਸੀ। ਮੇਰੀ ਗਤੀਵਿਧੀਆਂ ਦੇ ਕਾਰਨ ਹੀ ਮੈਨੂੰ ਆਪਣੀ ਮਾਤਾ ਜੀ ਦੇ ਸੰਸਕਾਰ ਤੇ ਭਾਰਤ ਨਹੀਂ ਆਉਣ ਦਿੱਤਾ ਗਿਆ, ਜਿਨ੍ਹਾਂ ਦਾ ਅਕਾਲ ਚਲਾਣਾ 31 ਅਕਤੂਬਰ 1984 ਨੂੰ ਹੋਇਆ ਸੀ। ਸਿੱਖ ਫਾਊਂਡੇਸ਼ਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾਕਟਰ ਸੋਨੀਆ ਧਾਮੀ ਦੱਸਦੇ ਹਨ ਕਿ ਡਾਕਟਰ ਕਪਾਣੀ ਚਾਹੁੰਦੇ ਸਨ ਕਿ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਵਿੱਚ ਇੱਕ ਯਾਦਗਾਰ ਜੋ ਹੈ ਉਹ ਜ਼ਰੂਰ ਸਥਾਪਿਤ ਕੀਤੀ ਜਾਵੇ, ਤਾਂ ਕਿ ਦੁਨੀਆਂ ਨੂੰ ਸਿੱਖਾਂ ਦੇ ਨਾਲ ਹੋਏ ਜ਼ੁਲਮ ਦੇ ਬਾਰੇ ਜੋ ਹੈ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਉਸ ਯਾਦਗਾਰ ਦੇ ਵਿੱਚੋਂ ਬਾਰ ਬਾਰ ਦੱਸਿਆ ਜਾਵੇ, ਅਤੇ ਸਿੱਖ ਵੀ ਇਸ ਇਹਨਾਂ ਪਰ ਉਹਨਾਂ ਦੇ ਮੁਤਾਬਕ ਇਹ ਕੰਮ ਜੋ ਸੀ ਉਹ ਨੇਪਰੇ ਨਹੀਂ ਚੜ ਸਕਿਆ। 1960 ਦਾ ਅਮਰੀਕਾ ਅੱਜ ਨਾਲੋਂ ਬਹੁਤ ਵੱਖਰਾ ਸੀ। ਸੋਨੀਆ ਜੀ ਦੱਸਦੇ ਹਨ ਕਿ ਲੋਕ ਡਾਕਟਰ ਕਪਾਣੀ ਨੂੰ ਉਹਨਾਂ ਦੇ ਧਰਮ ਬਾਰੇ ਪੁੱਛਦੇ ਸਨ, ਫਿਰ ਉਹਨਾਂ ਨੇ ਆਪਣੇ ਆਪ ਨੂੰ ਇਸ ਬਾਰੇ ਸਿੱਖਿਅਤ ਕਰਨਾ ਸ਼ੁਰੂ ਕੀਤਾ, ਧਰਮ ਦੀ ਜਾਣਕਾਰੀ ਲੈਣੀ ਸ਼ੁਰੂ ਕੀਤੀ। ਇੱਕ ਸਾਡੇ ਵਾਸਤੇ ਸਬਕ ਹੈ ਕਿ ਇਤਨੇ ਉੱਚੇ ਅਹੁਦੇ ਤੇ ਦੁਨੀਆਂ ਦਾ ਮਹਾਨ ਸਾਇੰਟਿਸਟ ਅਤੇ ਮਹਾਨ ਵਪਾਰੀ ਸਿੱਖੀ ਬਾਰੇ ਜਾਣਕਾਰੀ ਲੈਂਦਾ ਹੈ ਅਤੇ ਪ੍ਰਚਾਰ ਨੂੰ ਸਮਰਪਿਤ ਹੈ। ਡਾਕਟਰ ਸੋਨੀਆ ਧਾਮੀ ਮੁਤਾਬਕ ਇਸ ਨਾਲ ਉਹਨਾਂ ਨੂੰ ਸਿੱਖੀ ਬਾਰੇ ਗਿਆਨ ਤੇ ਦਿਲਚਸਪੀ ਹੋਈ, ਉਹਨਾਂ ਦੇ ਗਿਆਨ ਵਿੱਚ ਵਾਧਾ ਹੋਇਆ ਤੇ ਸਿੱਖ ਕਲਾਕ੍ਰਿਤੀਆਂ ਇਤਿਹਾਸ ਨੂੰ ਇਕੱਠਾ ਕਰਨ ਵੱਲ ਉਹਨਾਂ ਨੂੰ ਜੋ ਸੀ ਪ੍ਰੇਰਣਾ ਮਿਲੀ। ਉਹ ਦੱਸਦੇ ਹਨ ਕਿ ਸਿੱਖ ਕਲਾ ਬਾਰੇ ਇੰਨੇ ਵੱਡੇ ਪੱਧਰ ਤੇ ਕੰਮ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ ਜੋ ਡਾਕਟਰ ਕਪਾਣੀ ਨੇ ਕੀਤਾ। ਡਾਕਟਰ ਕਪਾਣੀ ਦੇ ਯਤਨਾਂ ਸਦਕਾ ਹੀ ਸਿੱਖ ਕਲਾ ਨੂੰ ਲੋੜੀਂਦਾ ਜੋ ਸੀ ਉਹ ਧਿਆਨ ਮਿਲਿਆ, ਉਹਨਾਂ ਨੇ ਸਿੱਖੀ ਦੇ ਖੇਤਰ ਵਿੱਚ
ਆਪਣਾ ਬਹੁਤ ਵੱਡਾ ਯੋਗਦਾਨ ਜੋ ਸੀ ਉਹ ਬਾਹਰ ਜਾ ਕੇ ਵਿਦੇਸ਼ਾਂ ਦੇ ਵਿੱਚ ਪਾਇਆ। ਜਦੋਂ ਅਸੀਂ ਉਹਨਾਂ ਦੇ ਜੀਵਨ ਬਾਰੇ ਪੜ੍ਹਦੇ ਹਾਂ ਤੇ ਦੁਨੀਆਂ ਦੇ ਸਭ ਤੋਂ ਚੌਥੇ ਸਭ ਤੋਂ ਵੱਧੇ ਪੜ੍ਹ ਲਿਖ ਕੇ ਪੇਟੈਂਟ ਕਰਾਉਣ ਵਾਲੇ ਭਾਰਤੀ ਖੋਜੀ ਵੱਲੋਂ ਉਹਨਾਂ ਨੂੰ ਮੰਨਿਆ ਜਾਂਦਾ ਹੈ। ਡਾਕਟਰ ਕਪਾਨੀ ਨੂੰ ਜਦੋਂ 82 ਸਾਲ ਦੀ ਉਮਰ ਵਿੱਚ ਇੱਕ BBC ਟੈਲੀਵਿਜ਼ਨ ਦੇ ਪੱਤਰਕਾਰ ਨੇ ਪੁੱਛਿਆ ਕਿ ਇਸ ਉਮਰ ਵਿੱਚ ਉਹ ਕਿਵੇਂ ਸਮਾਂ ਬਿਤਾ ਰਹੇ ਹਨ, ਤਾਂ ਡਾਕਟਰ ਕਪਾਨੀ ਦਾ ਜਵਾਬ ਸੀ, ਬਹੁਤ ਜ਼ਿਆਦਾ ਕਰਨ ਵਾਲਾ ਕੰਮ ਹੈ। ਹੁਣ ਤੱਕ ਮੈਂ ਪੇਟੈਂਟ ਬਹੁਤ ਸਾਰੇ ਪੇਟੈਂਟ ਜੋ ਨੇ ਲਗਭਗ 100 ਜੋ ਨੇ ਉਹ ਆਪਣੇ ਨਾਮ ਕਰਵਾ ਚੁੱਕਿਆ ਹਾਂ। ਇੱਕ ਹੋਰ ਖੋਜ ਦਾ ਪੇਟੈਂਟ ਪਿਛਲੇ ਹਫ਼ਤੇ ਲੈ ਕੇ ਹਟਿਆ ਹਾਂ ਜੋ ਸੋਲਰ ਐਨਰਜੀ ਦੇ ਬਾਰੇ ਵਿੱਚ ਹੈ, ਜੋ ਸੋਲਰ ਐਨਰਜੀ ਸਿਸਟਮ ਨਾਲ ਸੰਬੰਧਿਤ ਹੈ ਤੇ ਦੁਨੀਆ ਭਰ ਵਿੱਚ ਬਿਜਲੀ ਦੀ ਕਮੀ ਨੂੰ ਦੂਰ ਕਰ ਸਕਦਾ ਹੈ। ਹਾਲੇ ਹੋਰ ਅਨੇਕਾਂ ਖੋਜਾਂ ਕਰਨੀਆਂ ਬਾਕੀ ਹਨ, ਉੱਕਾ ਹੀ ਵੇਲ ਨਹੀਂ ਹੈ। ਸਿੱਖੀ ਸੋਚ ਨੂੰ ਅਪਣਾਏ ਡਾਕਟਰ ਕਪਾਣੀ ਨੇ ਜਿੱਥੇ ਬੇਅੰਤ ਲੋੜਵੰਦਾਂ ਅਤੇ ਸੰਸਥਾਵਾਂ ਦੀ ਮਦਦ ਕੀਤੀ, ਉੱਥੇ ਅਮਰੀਕਨਾਂ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਭਰੀ ਜੋ ਨਫ਼ਰਤ ਸੀ ਉਹਨੂੰ ਘਟਾਉਣ ਲਈ ਬਾਕਮਾਲ ਯਤਨ ਕੀਤੇ। 40 ਮੂਰਤੀਆਂ ਬਣਾਉਣ ਵਾਲੇ ਕਲਾ ਪ੍ਰੇਮੀ ਡਾਕਟਰ ਕਪਾਣੀ ਨੇ ਆਪਣੀ ਹੱਥੀਂ ਮੂਰਤੀਆਂ ਵਿੱਚ ਇਸ ਕਿਸਮ ਦੀ ਜਾਨ ਭਰੀ ਕਿ ਉਹ ਦੁਨੀਆਂ ਦੇ ਵੱਖ ਵੱਖ ਮਿਊਜ਼ੀਅਮਾਂ ਦੀ ਸ਼ਾਨ ਬਣ ਚੁੱਕੀਆਂ ਹਨ। ਪੁਰਾਤਨ ਸਿੱਖ ਕਲਾ ਨੂੰ ਲੱਭ ਕੇ ਸਾਂਭ ਕੇ ਰੱਖਣ ਵਿੱਚ ਵੀ ਡਾਕਟਰ ਕਪਾਣੀ ਦਾ ਕਮਾਲ ਦਾ ਯੋਗਦਾਨ ਸੀ। ਉਹ ਸਿੱਖ ਫਾਊਂਡੇਸ਼ਨ ਦੇ ਸੰਸਥਾਪਕ ਚੇਅਰਮੈਨ ਸਨ ਤੇ 50 ਸਾਲ ਤੱਕ ਉਸ ਫਾਊਂਡੇਸ਼ਨ ਦੇ ਨੂੰ ਚਲਾਉਣ ਵਿੱਚ ਆਪਣੀ ਸਾਰੀ ਕਮਾਈ ਲਾਉਂਦੇ ਰਹੇ। ਸੰਨ 1998 ਵਿੱਚ ਕਪਾਣੀ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸਾਂਤਾ ਬਾਰਬਰਾ ਵਿੱਚ ਸਿੱਖੀ ਸਟੱਡੀ ਸਿੱਖ ਸਟੱਡੀਜ਼ ਦੀ ਚੇਅਰ ਜੋ ਸੀ ਉਹ ਸਥਾਪਿਤ ਕੀਤੀ। ਇਸ ਵਾਸਤੇ ਆਪਣੀ ਮਾਤਾ ਦੇ ਨਾਂ ਦੇ ਉੱਤੇ ਉਹਨਾਂ ਨੇ $3,50,000 ਜੋ ਸਨ ਉਹ ਦਿੱਤੇ ਸਨ। ਸਿੱਖ ਕਲਾ ਵਿੱਚ ਜਿਸ ਵੱਡੇ ਪੱਧਰ ਤੇ ਡਾਕਟਰ ਕਪਾਣੀ ਨੂੰ ਉਜਾਗਰ ਕੀਤਾ ਉਹਨਾਂ ਹੋਰ ਕੋਈ ਨਹੀਂ ਕਰ ਸਕਿਆ। ਸੰਨ 1999 ਵਿੱਚ $5,00,000 ਦੇ ਕੇ ਸੈਨ ਫਰਾਂਸਿਸਕੋ ਦੇ ਏਸ਼ੀਅਨ ਆਰਟ ਮਿਊਜ਼ੀਅਮ ਵਿੱਚ ਨਵੀਂ ਬਿਲਡਿੰਗ ਬਣਾ ਕੇ ਇੱਕ ਪੂਰੀ ਗੈਲਰੀ ਸਿੱਖ ਕਲਾ ਤੇ ਪੁਰਾਤਨ ਪੇਂਟਿੰਗਸ ਦੀ ਤਿਆਰ ਕਰਵਾ ਦਿੱਤੀ, ਜਿਸ ਵਿੱਚ ਆਪ ਮਿਹਨਤ ਨਾਲ ਇਕੱਠੀਆਂ ਕੀਤੀਆਂ ਪੁਰਾਤਨ ਕਲਾਕ੍ਰਿਤੀਆਂ ਜੋ ਸਨ ਉਹ ਸ਼ਾਮਿਲ ਕੀਤੀਆਂ। ਇਹਨਾਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਵਿੱਚ ਮਾਰਚ 1999 ਵਿੱਚ ਲਗਾਈ ਗਈ। ਉੱਥੇ ਸੈਨ ਫਰਾਂਸਿਸਕੋ ਤੇ ਫਿਰ ਮਈ 2000 ਵਿੱਚ ਰੋਇਲ ਓਨਟਾਰੀਓ ਮਿਊਜ਼ੀਅਮ ਟੋਰਾਂਟੋ ਵਿਖੇ ਵੀ ਸਿੱਖ ਕਲਾ ਦੀ ਪ੍ਰਦਰਸ਼ਨੀ ਲਗਾਈ ਗਈ। ਇਹ ਵੀ ਸਿਰਫ ਡਾਕਟਰ ਕਪਾਣੀ ਸਦਕਾ ਹੀ ਹੋਇਆ ਕਿ ਏਸ਼ੀਅਨ ਆਰਟ ਮਿਊਜ਼ੀਅਮ ਅਤੇ ਬਰਕਲੇ ਯੂਨੀਵਰਸਿਟੀ ਨੇ ਸਾਂਝੇ ਤੌਰ ਉੱਤੇ ਸਿੱਖ ਫਾਊਂਡੇਸ਼ਨ ਦੀ 5ਵੀਂ ਵਰ੍ਹੇਗੰਢ ਮਨਾਈ। ਡਾਕਟਰ ਕਪਾਣੀ ਦੀਆਂ ਹੱਥੀਂ ਬਣਾਈਆਂ ਡਾਇਨੋਪਿਕ ਮੂਰਤੀਆਂ ਪੈਲੇਸ ਆਫ ਫਾਈਨ ਆਰਟਸ ਸੈਨ ਫਰਾਂਸਿਸਕੋ ਅਤੇ ਸ਼ਿਕਾਗੋ ਮੋਂਟਰੇ ਪੈਲੋ ਆਲਟੋ ਸਟੈਨਫੋਰਡ ਅਤੇ ਮਿਊਜ਼ੀਅਮ ਤੇ ਆਰਟ ਗੈਲਰੀਆਂ ਵਿੱਚ ਸ਼ੋਭਤ ਹਨ। ਜਦੋਂ ਅਸੀਂ ਉਹਨਾਂ ਦੇ ਜੀਵਨ ਵੱਲ ਪੜ੍ਹਦੇ ਹਾਂ, ਝਾਤ ਮਾਰਦੇ ਹਾਂ ਤੇ ਉਹ ਸਿੱਖੀ ਪ੍ਰਤੀ ਬਹੁਤ ਜ਼ਿਆਦਾ ਸਮਰਪਿਤ ਸਨ। ਜਦੋਂ ਡਾਕਟਰ ਕਪਾਣੀ ਨੇ ਬਤੌਰੇ ਚੇਅਰਮੈਨ ਪ੍ਰੈਜੀਡੈਂਟ ਐਂਡ ਡਾਇਰੈਕਟਰ ਰਿਸਰਚ ਆਪਟਿਕਸ ਟੈਕਨੋਲੋਜੀ ਵਿਖੇ ਕੰਮ ਕਰਦਿਆਂ ਨਾ ਸਿਰਫ ਅਮਰੀਕਾ ਬਲਕਿ ਦੁਨੀਆ ਭਰ ਦੇ ਖੋਜੀਆਂ ਤੇ ਕੰਪਨੀਆਂ ਨੂੰ ਪ੍ਰੇਰਿਆ ਕਿ ਫਾਈਬਰ ਆਪਟਿਕ ਤਕਨੀਕ ਨੂੰ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾਵੇ। ਫਿਰ ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ, ਸਿੱਖੀ ਸੋਚ ਅਤੇ ਪੰਜਾਬੀ ਜ਼ੁਬਾਨ ਪ੍ਰਤੀ ਯੋਗਦਾਨ ਜੋ ਸੀ ਡਾਕਟਰ ਕਪਾਣੀ ਨੇ ਪਾਇਆ ਹੈ, ਉਹਨਾਂ ਹਾਲੇ ਤੱਕ ਕੋਈ ਹੋਰ ਜੋ ਹੈ ਉਹ ਨਹੀਂ ਪਾ ਸਕਿਆ। ਦੁਨੀਆਂ ਵਿੱਚ ਪਹਿਲੀ ਵਾਰ ਡਾਕਟਰ ਕਪਾਣੀ ਨੇ ਵਿਸ਼ਵ ਪੱਧਰ ਉੱਤੇ ਸਿੱਖੀ ਸੋਚ, ਸਿਧਾਂਤ ਅਤੇ ਸੱਭਿਆਚਾਰ ਨੂੰ ਕਿਤਾਬਾਂ, ਕੈਲੰਡਰਾਂ, ਪੋਸਟਰਾਂ, ਕਾਰਡਾਂ ਰਾਹੀਂ ਪੂਰੀ ਦੁਨੀਆਂ ਵਿੱਚ ਉਜਾਗਰ ਕਰਨਾ ਸ਼ੁਰੂ ਕੀਤਾ। ਸਿੱਖ ਧਰਮ ਉੱਤੇ ਸਥਾਪਿਤ ਕੀਤੀ ਲਾਇਬ੍ਰੇਰੀ ਵਿੱਚ ਸਿੱਖੀ ਉੱਤੇ 300 ਕਿਤਾਬਾਂ, 500 ਵਿਸ਼ਵ ਪੱਧਰੀ ਖੋਜਾਂ, ਬੱਚਿਆਂ ਲਈ 20 ਮਿਸਾਲੀ ਕਿਤਾਬਾਂ ਰਖਾ ਕੇ ਅਮਰੀਕਾ ਦੇ ਲੋਕਾਂ ਨੂੰ ਸਿੱਖ ਧਰਮ ਦੀਆਂ ਡੂੰਘਾਈਆਂ ਤੋਂ ਜਾਣੂ ਕਰਵਾਇਆ। ਸਿੱਖ ਹੈਰੀਟੇਜ ਨਾਲ ਸੰਬੰਧਿਤ ਅਨੇਕ ਪੁਰਾਤਨ ਬਿਲਡਿੰਗਾਂ ਨੂੰ ਸੰਭਾਲਣ ਲਈ ਮਾਇਆ ਦਿੱਤੀ। ਯੂਨੈਸਕੋ ਨਾਲ ਰਲ ਕੇ ਆਪਣੀ ਫਾਊਂਡੇਸ਼ਨ ਅਧੀਨ ਗੁਰੂ ਕੀ ਮਸੀਤ ਨੂੰ ਦੁਬਾਰਾ ਸੁਰਜੀਤ ਕੀਤਾ। ਗੁਰਦਾਸਪੁਰ ਵਿੱਚ ਸ੍ਰੀ ਹਰਗੋਬਿੰਦਪੁਰ ਵਿਖੇ ਹਰਗੋਬਿੰਦ ਸਾਹਿਬ ਵੱਲੋਂ ਬਣਾਈ ਗਈ ਇਸ ਮਸੀਤ ਨੂੰ ਯਾਦਗਾਰ ਵਜੋਂ ਸੰਭਾਲਣ ਲਈ ਪੂਰਾ ਯਤਨ ਜੋ ਸੀ ਉਹ ਇਕੱਲੇ ਡਾਕਟਰ ਨਰਿੰਦਰ ਸਿੰਘ ਕਪਾਣੀ ਜੀ ਦਾ ਸੀ। 100 ਤੋਂ ਉੱਪਰ ਪੁਰਾਤਨ ਅਤੇ ਦੁਰਲੱਭ
ਸਿੱਖ ਧਰਮ ਨਾਲ ਆਧਾਰਿਤ ਪੇਂਟਿੰਗ ਸੰਭਾਲ ਕੇ ਅਮਰੀਕਾ ਦੀ ਗੈਲਰੀ ਨੂੰ ਭੇਟ ਕੀਤੀਆਂ ਤਾਂ ਜੋ ਕਲਾ ਤੇ ਵਿਰਸਾ ਅਮਰ ਹੋ ਸਕੇ। ਸਪਲੈਂਡਰਸ ਆਫ ਪੰਜਾਬ ਸਿੱਖ ਆਰਟ ਐਂਡ ਲਿਟਰੇਚਰ 1992 ਫੈਸਟੀਵਲ ਨੂੰ ਏਸ਼ੀਅਨ ਆਰਟ ਮਿਊਜ਼ੀਅਮ ਅਤੇ ਬਰਕਲੇ ਯੂਨੀਵਰਸਿਟੀ ਦੇ ਸਾਂਝੇ ਪ੍ਰੋਗਰਾਮ ਵਜੋਂ ਆਯੋਜਿਤ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਇਹ ਸਿਰਫ ਤੇ ਸਿਰਫ ਡਾਕਟਰ ਕਪਾਣੀ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ। ਸਿਰਫ ਇੱਥੇ ਹੀ ਬਸ ਨਹੀਂ, ਸਟੈਨਫੋਰਡ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਖੇ ਪੰਜਾਬੀ ਜ਼ਬਾਨ ਨਾਲ ਸੰਬੰਧਿਤ ਪ੍ਰੋਗਰਾਮ ਜਾਰੀ ਕਰਨ ਅਤੇ ਸਿੱਖ ਹਾਈ ਸਕੂਲ ਸਥਾਪਿਤ ਕਰਨਾ ਵੀ ਡਾਕਟਰ ਕਪਾਣੀ ਦੇ ਹੀ ਹਿੱਸੇ ਆਇਆ। ਮੌਤ ਤੋਂ ਸਿਰਫ ਇੱਕ ਸਾਲ ਪਹਿਲਾਂ ਹੀ ਵਿਕਟੋਰੀਆ ਐਲਬਰਟ ਮਿਊਜ਼ੀਅਮ ਲੰਡਨ ਵਿਖੇ ਸਦੀਵੀ ਸਾਲਾਨਾ ਲੈਕਚਰ ਸੀਰੀਜ਼ ਸਿੱਖ ਕਲਾ ਉੱਤੇ ਕਰਨ ਦਾ ਕੰਟਰੈਕਟ ਵੀ ਪੂਰਾ ਕੀਤਾ ਤਾਂ ਜੋ ਉਹਨਾਂ ਦੀ ਮੌਤ ਤੋਂ ਬਾਅਦ ਵੀ ਇਹ ਕੰਮ ਅਤੇ ਸੋਚ ਰੁਕੇ ਨਾ। ਮਿਸਟੇਕਨ ਆਈਡੈਂਟੀਟੀ ਆਫ ਸਿੱਖਸ ਇਨ ਅਮਰੀਕਾ ਸੰਬੰਧੀ ਢੇਰ ਸਾਰਾ ਲਿਖਤੀ ਮਸਾਲਾ ਚਿੱਤਰਾਂ, ਕੈਲੰਡਰਾਂ, ਇਸ਼ਤਿਹਾਰਾਂ ਰਾਹੀਂ ਅਤੇ ਫਿਲਮਾਂ ਬਣਾ ਕੇ ਚੁਫੇਰੇ ਅਮਰੀਕਨਾਂ ਵਿੱਚ ਮੁਫ਼ਤ ਵੰਡੀਆਂ ਗਈਆਂ ਤਾਂ ਜੋ ਬੇਦੋਸ਼ੇ ਸਿੱਖਾਂ ਉੱਤੇ ਹੁੰਦੇ ਹਮਲੇ ਜੋ ਹਨ ਉਹ ਬੰਦ ਹੋ ਸਕਣ। ਡਾਕਟਰ ਕਪਾਣੀ ਨੇ ਪੂਰੀ ਦੁਨੀਆ ਦੇ ਅੰਦਰ ਜਿੱਥੇ ਆਪਣੇ ਨਾਂ ਨੂੰ ਰੋਸ਼ਨ ਕੀਤਾ ਉੱਥੇ ਨਾਲ ਹੀ ਸਿੱਖ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਯਤਨ ਕੀਤਾ। ਕਮਾਲ ਤਾਂ ਇਹ ਹੈ ਕਿ ਮਰਨ ਤੋਂ ਪਹਿਲਾਂ ਡਾਕਟਰ ਕਪਾਣੀ ਨੇ ਆਪਣੀ ਸਿੱਖ ਫਾਊਂਡੇਸ਼ਨ ਰਾਹੀਂ ਟੋਰਾਂਟੋ ਵਿਖੇ ਪਹਿਲੀ ਵਾਰ ਸਿੱਖ ਫਿਲਮ ਫੈਸਟੀਵਲ ਵੀ ਆਰੰਭ ਕਰਵਾ ਦਿੱਤਾ। ਇਹੋ ਜਿਹੇ ਮਿਸਾਲੀ ਸਿੱਖ ਬੌਧਿਕ ਵਿਗਿਆਨੀ ਨੂੰ ਜੋ ਕਿ 90 ਵਰਿਆਂ ਦੀ ਉਮਰ ਪੂਰੀ ਹੋਣ ਉੱਤੇ ਪੁੱਛਿਆ ਗਿਆ ਕਿ ਉਹਨਾਂ ਦੀਆਂ ਕਿਹੜੀਆਂ ਤਮੰਨਾਵਾਂ ਅਜੇ ਅਧੂਰੀਆਂ ਹਨ ਤਾਂ ਉਸਦਾ ਜਵਾਬ ਸੀ, ਜੋ ਮੇਰਾ ਧਰਮ ਹੈ ਉਹ ਸਿਰਫ ਕਿਰਤ ਕਰਨਾ ਸਿਖਾਉਂਦਾ ਹੈ, ਦਸਵੰਡ ਵੰਡਣਾ ਸਿਖਾਉਂਦਾ ਹੈ ਤੇ ਸਰਬੱਤ ਦੀ ਭਲਾਈ ਦੇ ਕਾਰਜਾਂ ਲਈ ਪ੍ਰੇਰਿਤ ਕਰਦਾ ਹੈ। ਮੇਰਾ ਕਰਮ ਮੈਨੂੰ ਲਗਾਤਾਰ ਖੋਜ ਕਰਨ ਵੱਲ ਤੋਰਦਾ ਹੈ। ਮੈਂ ਮਨੁੱਖੀ ਭਲਾਈ ਉੱਤੇ ਪੂਰੀ ਉਮਰ ਖੋਜ ਕਰਦਾ ਰਿਹਾ ਹਾਂ। ਹੁਣ ਇਸ ਉਮਰੇ ਕੁਝ ਕਰਜ਼ਾ ਆਪਣੇ ਗੁਰੂਆਂ ਦੀ ਬਖਸ਼ੀ ਜ਼ਬਾਨ ਅਤੇ ਉਸ ਸਮੇਂ ਦੀ ਕਲਾ ਸਾਂਭਣ ਉੱਤੇ ਲਾ ਕੇ ਮਰਨ ਬਾਅਦ ਦਸ਼ਮੇਸ਼ ਪਿਤਾ ਨੂੰ ਦੱਸਣਾ ਚਾਹਾਂਗਾ ਕਿ ਮੈਂ ਮਿਸਾਲੀ ਮੌਤ ਮਰਿਆ ਹਾਂ। ਤਮੰਨਾ ਸਿਰਫ ਇਹ ਹੈ ਕਿ ਮੈਂ ਨੌਜਵਾਨਾਂ ਨੂੰ ਫਿਜ਼ਿਕਸ ਨਾਲ ਜੋੜ ਕੇ ਲੋਕ ਭਲਾਈ ਦੇ ਕਾਰਜਾਂ ਵੱਲ ਪ੍ਰੇਰ ਸਕਾਂ ਅਤੇ ਆਪਣੇ ਧਰਮ ਦਾ, ਆਪਣੀ ਸਭਿਅਤਾ ਦਾ, ਆਪਣੇ ਜੋ ਹੈ ਫਲਸਫੇ ਦਾ ਦੁਨੀਆਂ ਦੇ ਅੰਦਰ ਪ੍ਰਚਾਰ ਪ੍ਰਸਾਰ ਕਰ ਸਕਾਂ। ਉਹ ਸਿੱਖ ਕਲਾ ਅਤੇ ਸਾਹਿਤ ਨੂੰ ਪ੍ਰਚਾਰਨ ਪ੍ਰਸਾਰਨ ਵਾਲੀ ਗੁਰਸਿੱਖ ਸ਼ਖਸੀਅਤ ਸਨ। ਸਿੱਖ ਅਕਾਦਮਿਕ ਖੇਤਰ 'ਚ ਯੋਗਦਾਨ ਅਤੇ ਉਸ ਪ੍ਰਤੀ ਉਹਨਾਂ ਦਾ ਸਮਰਪਣ ਹਮੇਸ਼ਾ ਜੋ ਹੈ ਉਹ ਸਲਾਹਿਆ ਜਾਵੇਗਾ। ਉਹਨਾਂ ਨੇ ਅਮਰੀਕਾ ਦੀਆਂ ਯੂਨੀਵਰਸਿਟੀ ਸਿੱਖ ਚੇਅਰਸ ਜੋ ਸਨ ਸਥਾਪਿਤ ਕਰਵਾਈਆਂ ਅਤੇ ਕਲਾ ਅਜਾਇਬ ਘਰਾਂ 'ਚ ਸਿੱਖ ਕਲਾ ਪ੍ਰਦਰਸ਼ਨੀਆਂ ਜੋ ਸਨ ਲਵਾਈਆਂ ਸਨ। ਉਹਨਾਂ ਪਾਸ ਗੁਰੂ ਸਾਹਿਬਾਨਾਂ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਕ ਇਤਿਹਾਸਕ ਅਨਮੋਲ ਵਸਤਾਂ ਵੀ ਉਹਨਾਂ ਨੇ ਸੰਭਾਲੀਆਂ ਹੋਈਆਂ ਸਨ। ਉਹਨਾਂ ਨੇ ਸਮਰਪਣ ਤੇ ਦ੍ਰਿੜਤਾ ਦੀ ਇੱਕ ਮਿਸਾਲ ਜੋ ਸੀ ਉਹ ਕਾਇਮ ਕੀਤੀ। ਉਹ ਇਹ ਵੀ ਹੈ ਕਿ ਉਹਨਾਂ ਨੇ 1970ਵਿਆਂ ਵਿੱਚ ਸਿੱਖ ਸੰਸਾਰ ਨਾਂ ਦਾ ਇੱਕ ਰਸਾਲਾ ਸ਼ੁਰੂ ਕੀਤਾ। 1984 ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਮਨੁੱਖੀ ਕਾਨ ਬਾਰੇ ਅਮਰੀਕੀ ਵੱਡੇ ਅਖਬਾਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਆਪਣੇ ਪੱਧਰ ਉੱਤੇ ਜੋ ਸੀ ਉਹਨਾਂ ਨੇ ਜਾਣਕਾਰੀ ਛਪਵਾਈ। ਉਹ ਜੋ ਸਨ ਉਹ ਸੰਸਾਰ ਦੇ ਅੰਦਰ ਆਪਣਾ ਵਡਮੁੱਲਾ ਯੋਗਦਾਨ ਮਨੁੱਖਤਾ ਦੇ ਭਲੇ ਵਾਸਤੇ, ਇਨਸਾਨੀਅਤ ਵਾਸਤੇ ਪਾਉਂਦੇ ਹੋਏ ਅਤੇ ਨਾਲ ਹੀ ਸਿੱਖੀ ਪ੍ਰਚਾਰ ਪ੍ਰਸਾਰ ਨੂੰ ਕਰਦੇ ਹੋਏ ਇੱਕ ਸਫਲ ਬਿਜ਼ਨਸਮੈਨ ਦੇ ਤੌਰ ਦੇ ਉੱਤੇ ਵੀ ਉਹਨਾਂ ਨੇ ਆਪਣਾ ਜੀਵਨ ਜੋ ਸੀ ਉਹ ਨਾਲ ਨਾਲ ਜੋ ਸੀ ਉਹ ਨਾਲ ਨਾਲ ਉਹਨਾਂ ਨੇ ਆਪਣਾ ਉਹ ਜੀਵਨ ਜੋ ਸੀ ਉਹ ਜੀਵਿਆ ਹੈ। ਫਾਰਚੂਨ ਮੈਗਜ਼ੀਨ ਨੇ ਸੰਨ 1999 ਵਿੱਚ 20ਵੀਂ ਸਦੀ ਦੇ ਦੁਨੀਆ ਭਰ ਵਿੱਚੋਂ ਸਿਰਫ 7 ਬਿਜ਼ਨਸਮੈਨ ਆਫ ਦਾ ਸੈਂਚੁਰੀ ਚੁਣੇ ਜਿਨ੍ਹਾਂ ਨੇ ਮਨੁੱਖਤਾ ਦੀ ਬਿਹਤਰੀ ਲਈ ਬਾ ਕਮਾਲ ਇਜਾਦਾਂ ਕੀਤੀਆਂ ਸਨ। ਉਸ ਵਿੱਚ ਤੀਜੇ ਨੰਬਰ ਉੱਤੇ ਮੇਰੀ ਪੰਜਾਬ ਦੇ ਜੰਮਪੁਲ ਡਾਕਟਰ ਨਰਿੰਦਰ ਸਿੰਘ ਕੰਪਾਨੀ ਜੀ ਦਾ ਨਾਂ ਸ਼ਾਮਲ ਸੀ। ਡਾਕਟਰ ਕੰਪਾਨੀ ਨੂੰ ਫਾਈਬਰ ਆਪਟਿਕ ਦਾ ਪਿਸ਼ਮ ਪਿਤਾਮਾ ਵੀ ਮੰਨਿਆ ਜਾਂਦਾ ਹੈ। ਲੇਜ਼ਰ ਬਾਇਓਮੈਡੀਕਲ ਇੰਸਟਰੂਮੈਂਟੇਸ਼ਨ, ਸੂਰਜੀ ਕਿਰਨਾਂ ਦੀ ਵਰਤੋਂ ਪ੍ਰਦੂਸ਼ਣ ਦੀ ਰੋਕਥਾਮ ਅਤੇ ਅੱਜ ਸਿਹਤ ਦੇ ਨਾਲ ਜੁੜੀਆਂ ਜਿਤਨੀਆਂ ਵੀ ਇਲਾਜ ਹੋ ਰਹੇ ਨੇ ਉਹਦੇ ਵਿੱਚ ਉਹਨਾਂ ਦਾ ਜੋ ਹੈ ਬਹੁਤ ਵੱਡਾ ਯੋਗਦਾਨ ਹੈ, ਜਿਹਦੇ ਵਿੱਚ ਐਂਡੋਸਕੋਪੀ ਹੈ ਜਾਂ ਹੋਰ ਤਕਨੀਕਾਂ ਵਰਤੀਆਂ ਜਾ ਰਹੀਆਂ ਨੇ।
ਅੱਜ ਦੇ ਜੋ ਟੈਲੀਫੋਨ ਇੰਟਰਨੈਟ ਕੇਬਲ ਨੈਟਵਰਕ ਬਿਲਕੁਲ ਅੱਜ ਨਾ ਹੁੰਦਾ ਜੇਕਰ ਡਾਕਟਰ ਕਪਾਣੀ ਵੱਲੋਂ ਇਹ ਖੋਜਾਂ ਨਾ ਕੀਤੀਆਂ ਗਈਆਂ ਹੁੰਦੀਆਂ। ਉਹਨਾਂ ਦੀ ਖੋਜ ਦਾ ਸਦਕਾ ਹੀ ਅੱਜ ਇੰਨਾ ਵੱਡਾ ਵਿਸ਼ਵ ਜੋ ਹੈ ਉਹ ਇੱਕ ਨਿੱਕੇ ਜਿਹੇ ਪਿੰਡ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਸਾਰੀਆਂ ਉਸ ਦੇ ਪਿੱਛੇ ਜੋ ਡਾਕਟਰ ਕਪਾਣੀ ਦੀ ਮਿਹਨਤ ਅਤੇ ਖੋਜਾਂ ਸਨ। ਉਹਨਾਂ ਨੂੰ ਕਈ ਪੁਰਸਕਾਰਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਅਤੇ ਕਈ ਸੰਸਥਾਵਾਂ ਵਿੱਚ ਅਹੁਦੇਦਾਰ ਵੀ ਰਹੇ। ਪ੍ਰਵਾਸੀ ਭਾਰਤੀਆ ਸਨਮਾਨ ਜੋ ਸੀ 2004 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਉਹਨਾਂ ਨੂੰ ਦਿੱਤਾ। ਯੂਸੀ ਸੰਤਾ ਕ੍ਰੂਜ਼ ਫਾਊਂਡੇਸ਼ਨ ਫੀਏਟ ਲਕਸ ਅਵਾਰਡ 2008 ਵਿੱਚ ਉਹਨਾਂ ਨੂੰ ਮਿਲਿਆ। ਐਕਸੀਲੈਂਟ ਅਵਾਰਡ ਅਮਰੀਕਾ ਵੱਲੋਂ 2000 ਵਿੱਚ ਉਹਨਾਂ ਨੂੰ ਦਿੱਤਾ ਗਿਆ। ਫੈਲੋ ਆਫ ਰਾਇਲ ਅਕੈਡਮੀ ਆਫ ਇੰਜੀਨੀਅਰਿੰਗ 1998 ਵਿੱਚ ਦਿੱਤਾ ਗਿਆ। ਸਾਡਾ ਦੇਸ਼ ਦਾ ਸਭ ਤੋਂ ਵੱਡ ਜੋ ਸਿਵਲ ਅਵਾਰਡ ਹੈ ਪਦਮ ਵਿਭੂਸ਼ਣ 2021 ਵਿੱਚ ਉਹਨਾਂ ਨੂੰ ਦਿੱਤਾ ਗਿਆ। ਇਹ ਸੈਕਿੰਡ ਸਿਵਲੀਅਨ ਹਾਈਐਸਟ ਆਨਰ ਹੈ। ਪੈਨ ਏਸ਼ੀਅਨ ਅਮਰੀਕਨ ਜੋ ਚੈਂਬਰ ਆਫ ਕਾਮਰਸ ਨੇ 1998 ਵਿੱਚ ਉਹਨਾਂ ਨੂੰ ਅਵਾਰਡ ਦਿੱਤਾ ਤੇ ਫਿਰ ਯੂਐਨ ਨੈਸ਼ਨਲ ਇਨਵੈਂਟਰ ਕੌਂਸਲ ਦੇ ਵੀ ਉਹ ਮੈਂਬਰ ਜੋ ਨੇ ਰਹੇ ਨੇ। ਇੰਪੀਰੀਅਲ ਕਾਲਜ ਆਫ ਸਾਇੰਸ, ਬ੍ਰਿਟਿਸ਼ ਰਾਇਲ ਅਕੈਡਮੀ ਆਫ ਇੰਜੀਨੀਅਰਿੰਗ, ਆਪਟੀਕਲ ਸੋਸਾਇਟੀ ਆਫ ਅਮਰੀਕਾ, ਅਮਰੀਕਨ ਐਸੋਸੀਏਸ਼ਨ ਫਾਰ ਐਡਵਾਂਸਮੈਂਟ ਆਫ ਸਾਇੰਸਿਸ ਦੇ ਵਿੱਚ ਵੀ ਉਹਨਾਂ ਨੇ ਆਪਣਾ ਜੋ ਹੈ ਯੋਗਦਾਨ ਪਾਇਆ। ਇੱਥੇ ਵੀ ਇਹਨਾਂ ਦੀ ਫੈਲੋਸ਼ਿਪ ਰਹੀ ਅਤੇ ਇਹ ਪ੍ਰੋਫੈਸਰ ਦੇ ਤੌਰ ਦੇ ਉੱਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ, UCB, ਯੂਨੀਵਰਸਿਟੀ ਆਫ ਕੈਲੀਫੋਰਨੀਆ ਸੰਤਾ ਕਰੂਜ਼, ਸਟੈਨਫੋਰਡ ਯੂਨੀਵਰਸਿਟੀ, ਇਹਦੇ ਵਿੱਚ ਵੀ ਇਹਨਾਂ ਨੇ ਆਪਣਾ ਜੋ ਸੀ ਪ੍ਰੋਫੈਸਰ ਦੇ ਤੌਰ ਦੇ ਉੱਤੇ ਆਪਣੀਆਂ ਜੋ ਸੇਵਾਵਾਂ ਦਿੱਤੀਆਂ। ਉਹ ਕਈ ਵਪਾਰਕ ਅਦਾਰਿਆਂ ਦੇ ਉੱਚ ਅਹੁਦਿਆਂ ਉੱਤੇ ਵੀ ਰਹੇ। ਉਹਨਾਂ ਨੇ 1967 ਤੱਕ ਉਹ ਆਪਣੀ ਕੰਪਨੀ ਆਪਟਿਕਸ ਟੈਕਨੋਲੋਜੀ ਦੇ ਬੋਰਡ ਚੇਅਰਮੈਨ ਰਹੇ। 12 ਸਾਲ ਤੱਕ ਪ੍ਰੈਜ਼ੀਡੈਂਟ ਤੇ ਰਿਸਰਚ ਡਾਇਰੈਕਟਰ ਰਹੇ। 1973 'ਚ ਉਹਨਾਂ ਨੇ ਨਵੀਂ ਨਵੀਂ ਜੋ ਸੀ ਕੰਪਨੀ ਜੋ ਸੀ ਕੈਪਟਰੋਨ ਸ਼ੁਰੂ ਕੀਤੀ ਤੇ ਉਸ ਤੇ ਪ੍ਰੈਜ਼ੀਡੈਂਟ CEO ਰਹੇ 1990 ਤੱਕ। ਇਸ ਕੰਪਨੀ ਨੂੰ ਵੇਚਣ ਤੋਂ ਬਾਅਦ ਉਹ ਟੈਕਨੀਕਲ ਐਕਸਪਰਟ ਪ੍ਰੋਗਰਾਮ ਚੀਫ ਟੈਕਨੋਲੋਜਿਸਟ ਫਾਰ ਗਲੋਬਲ ਕਮਿਊਨੀਕੇਸ਼ਨ ਵੀ ਰਹੇ ਅਤੇ ਕਈ ਕੰਪਨੀਆਂ ਨੂੰ ਜੋ ਸੀ ਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਨੇ ਫਿਰ K2 ਇਲੈਕਟ੍ਰੋਨਿਕਸ ਜੋ ਸੀ ਸ਼ੁਰੂ ਕੀਤੀ। ਕੰਪਨੀ ਆਪਣੀ K2 ਇਲੈਕਟ੍ਰੋਨਿਕਸ ਸ਼ੁਰੂ ਕੀਤੀ। ਉਹ ਕਈ ਕੰਪਨੀਆਂ ਦੇ ਬੋਰਡਸ ਦੇ ਮੈਂਬਰਸ ਜਿਹਦੇ ਵਿੱਚ ਮੈਂਬਰ ਯੰਗ ਪ੍ਰੈਜ਼ੀਡੈਂਟ ਆਰਗਨਾਈਜੇਸ਼ਨ, ਮੈਂਬਰ ਵਰਡਸ ਪ੍ਰੈਜ਼ੀਡੈਂਟ ਆਰਗਨਾਈਜੇਸ਼ਨ ਵੀ ਰਹੇ। ਕੁੱਲ ਮਿਲਾ ਕੇ ਉਹਨਾਂ ਨੇ ਸੰਸਾਰ ਭਰ ਦੇ ਵਿੱਚ ਆਪਣਾ ਨਾਮਣਾ ਜੋ ਸੀ ਉਹ ਖਟਿਆ, ਚਾਹੇ ਉਹ ਇੱਕ ਲਿਖਾਰੀ ਦੇ ਵਜੋਂ ਸੀ, ਚਾਹੇ ਉਹ ਖੋਜਾਂ ਕਰਨ ਵਿੱਚ ਸੀ ਇੱਕ ਸਾਇੰਟਿਸਟ ਦੇ ਵਜੋਂ ਸੀ, ਜਾਂ ਚਾਹੇ ਉਹ ਇੱਕ ਚੰਗੇ ਸਿੱਖ ਵਿਦਵਾਨ, ਸਕਾਲਰ, ਸ਼ੁਭ ਚਿੰਤਕ, ਪੰਥ ਦਰਦੀ ਦੇ ਵਜੋਂ ਸੀ। ਟਾਈਮ ਮੈਗਜ਼ੀਨ 1999 ਦੇ ਇਸ਼ੂ ਵਿੱਚ ਉਹਨਾਂ ਨੂੰ 20ਵੀਂ ਸਦੀ ਦੇ ਟਾਪ 10 ਸਾਇੰਟਿਸਟ ਵਿੱਚ ਜੋ ਸੀ ਰੱਖਿਆ ਗਿਆ। ਇਹੋ ਜਿਹਾ ਮਹਾਨ ਗੁਰਸਿੱਖ ਜੋ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਮਨੁੱਖਤਾ ਦੀ ਭਲਾਈ ਵਾਸਤੇ ਅਤੇ ਸਿੱਖ ਜੋ ਸੀ ਧਰਮ ਪ੍ਰਚਾਰ ਪ੍ਰਸਾਰ ਵਾਸਤੇ ਦਿੰਦੇ ਹੋਏ, ਉਹਨਾਂ ਨੇ 4 ਦਸੰਬਰ 2020 ਨੂੰ ਦੁਨੀਆਂ ਦੇ ਵਿੱਚੋਂ ਅਕਾਲ ਚਲਾਣਾ ਕੀਤਾ। ਉਸ ਤੋਂ 4 ਸਾਲ ਪਹਿਲਾਂ 2016 ਵਿੱਚ ਉਹਨਾਂ ਦੇ ਜੋ ਧਰਮ ਸੁਪਤਨੀ ਸਨ ਉਹਨਾਂ ਦਾ ਜੋ ਸੀ ਅਕਾਲ ਚਲਾਣਾ ਹੋਇਆ। ਵੀ ਸਰਦਾਰ ਨਰਿੰਦਰ ਸਿੰਘ ਜੀ ਕਪਾਣੀ ਦੇ ਜੀਵਨ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਜੇ ਕਦੇ ਸੰਸਾਰ ਦੇ ਅੰਦਰ ਸਿੱਖਾਂ ਦਾ ਨਾਮਣਾ ਹੈ ਤਾਂ ਉਹ ਇਹਨਾਂ ਮਹਾਨ ਗੁਰਸਿੱਖਾਂ ਦੀ ਵਜ੍ਹਾ ਨਾਲ ਹੈ ਜਿਨ੍ਹਾਂ ਨੇ ਵਿਦਿਅਕ ਖੇਤਰ ਦੇ ਅੰਦਰ ਵੀ ਮੱਲਾਂ ਮਾਰੀਆਂ। ਵਿਦਿਅਕ ਖੇਤਰ ਤੋਂ ਬਾਅਦ ਜਦੋਂ ਉਹ ਸਾਇੰਟਿਸਟ ਬਣੇ, ਖੋਜਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਸਾਇੰਟਿਸਟ ਹੋਣ ਦੇ ਨਾਤੇ ਵੀ ਉਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ। ਫਿਰ ਜਦੋਂ ਉਹ ਵਪਾਰ ਦੇ ਵਿੱਚ ਆਏ ਤਾਂ ਵਪਾਰਕ ਤੌਰ ਦੇ ਉੱਤੇ ਵੀ ਉਹਨਾਂ ਨੇ ਜੋ ਸੀ ਉਹ ਚਰਮ ਸੀਮਾ ਨੂੰ ਛੋਇਆ। ਉਸ ਤੋਂ ਬਾਅਦ ਪੰਥਕ ਦਰਦ ਨੂੰ ਜੇ ਕਦੇ ਦੇਖਿਆ ਜਾਵੇ ਤੇ ਉਹਨਾਂ ਦੇ ਹਿਰਦੇ ਦੇ ਅੰਦਰ ਇਤਨਾ ਪੰਥਕ ਦਰਦ ਸੀ ਕਿ ਜਦੋਂ 1984 ਦੇ ਅੰਦਰ ਦਰਬਾਰ ਸਾਹਿਬ ਦੇ ਉੱਤੇ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ ਤਾਂ ਡਾਕਟਰ ਨਰਿੰਦਰ ਸਿੰਘ ਕੰਪਾੜੀ ਜੀ ਨੇ ਆਪਣੇ
ਕਿਸੇ ਵੀ ਅਹੁਦੇ ਕਿਸੇ ਵੀ ਰੁਤਬੇ ਦੀ ਪਰਵਾਹ ਨਾ ਕਰਦੇ ਹੋਏ ਇੱਥੇ ਤੱਕ ਆਪਣੀ ਜ਼ਮੀਨ ਜਾਇਦਾਦ ਜਾਂ ਆਪਣੀਆਂ ਕੰਪਨੀਆਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਆਹਦਾ ਨਾਰਾ ਮਾਰਿਆ। ਕੇਵਲ ਨਾਰਾ ਹੀ ਨਹੀਂ ਮਾਰਿਆ ਸਗੋਂ ਚੰਗੇ ਗੁਰਸਿੱਖਾਂ ਨੂੰ ਨਾਲ ਲੈ ਕੇ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਜਿੱਥੇ ਤੱਕ ਉਹਨਾਂ ਦੀ ਪਹੁੰਚ ਹੋ ਸਕਦੀ ਸੀ ਅਮਰੀਕਾ ਦੇ ਅੰਦਰ ਉਹਨਾਂ ਨੇ ਭਾਰਤ ਵਰਸ਼ ਵੱਲੋਂ ਕੀਤੇ ਹੋਏ ਇਸ ਜ਼ੁਲਮ ਦਾ ਨੂੰ ਜੋ ਸੀ ਉਹ ਦੁਨੀਆਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਅਤੇ ਉੱਥੋਂ ਦੀਆਂ ਅਖਬਾਰਾਂ ਦੇ ਅੰਦਰ ਜੋ ਸੀ ਇਸ ਕਾਲੇ ਕਾਰਨਾਮੇ ਨੂੰ ਉਜਾਗਰ ਕਰਨ ਦਾ ਯਤਨ ਕੀਤਾ। ਫਿਰ ਉਹਨਾਂ ਨੇ ਪੰਥ ਦਰਦ ਰੱਖਦੇ ਹੋਏ ਜਿਵੇਂ ਅਸੀਂ ਦੇਖਦੇ ਹਾਂ ਉਹ ਇੱਕ ਵਧੀਆ ਆਰਟਿਸਟ ਸਨ, ਉਹਨਾਂ ਨੇ ਬਹੁਤ ਸਾਰੀਆਂ ਸਿੱਖ ਧਰਮ ਨਾਲ ਸੰਬੰਧਿਤ ਕਲਾਕ੍ਰਿਤੀਆਂ ਤਿਆਰ ਕੀਤੀਆਂ, ਉਹਨਾਂ ਦੇ ਨਾਲ ਨਾਲ ਉਹਨਾਂ ਨੂੰ ਥਾਂ ਥਾਂ ਦੇ ਉੱਤੇ ਸੁਸ਼ੋਭਿਤ ਕਰਵਾਇਆ। ਆਪਣੇ ਕੋਲੋਂ ਕਈ ਹਜ਼ਾਰ ਡਾਲਰ ਜੋ ਸਨ ਉਹਨਾਂ ਨੇ ਇਸ ਕੰਮ ਦੇ ਵਾਸਤੇ ਖਰਚੇ ਨੇ ਅਤੇ ਫਿਰ ਉਸਦੇ ਨਾਲ ਨਾਲ ਜੋ ਸਭ ਤੋਂ ਵੱਡੀ ਗੱਲ ਸੀ ਕਿ ਸਿੱਖ ਸਾਹਿਤ ਜੋ ਸੀ ਉਹ ਲਾਇਬ੍ਰੇਰੀਆਂ ਦੇ ਵਿੱਚ ਰਖਵਾਇਆ, ਸਿੱਖੀ ਪ੍ਰਤੀ ਵਫਾਦਾਰੀ ਅਤੇ ਸਿੱਖ ਆਈਡੈਂਟੀਟੀ ਨੂੰ ਜਗਤ ਦੇ ਅੰਦਰ ਜ਼ਾਹਿਰ ਕੀਤਾ। ਆਓ ਅਸੀਂ ਕੋਸ਼ਿਸ਼ ਕਰੀਏ ਡਾਕਟਰ ਨਰਿੰਦਰ ਸਿੰਘ ਜੀ ਕਪਾਨੀ ਉਹਨਾਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਕੋਸ਼ਿਸ਼ ਕਰੀਏ ਅਸੀਂ ਦੁਨੀਆ ਦੇ ਵਿੱਚ ਆਪਣੀ ਦੁਨਿਆਵੀ ਵਿਦਿਆ ਦੇ ਨਾਲ ਨਾਲ ਆਪਣੀ ਦੁਨਿਆਵੀ ਜੋ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਨਾਲ ਨਾਲ ਆਪਣੇ ਵਣਜ ਵਪਾਰ ਕਰਨ ਦੇ ਨਾਲ ਨਾਲ ਗੁਰਸਿੱਖੀ ਪ੍ਰਤੀ ਸਮਰਪਿਤ ਰਹੀਏ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸਮਰਪਿਤ ਰਹੀਏ ਅਤੇ ਜਿਵੇਂ ਉਹਨਾਂ ਨੇ ਸਿੱਖ ਇਤਿਹਾਸ ਅਤੇ ਸਿੱਖਾਂ ਦੇ ਨਾਲ ਸੰਬੰਧਿਤ ਪੁਰਾਤਨ ਜੋ ਵਸਤੂਆਂ ਸਨ ਸਮੇਂ ਦੇ ਅੰਦਰ ਸਿੱਖੀ ਜੋ ਹੈ ਉਹ ਚੜ੍ਹਦੀ ਕਲਾ ਹੋ ਸਕੇ। ਇਹ ਸੀ ਜੀਵਨ ਸਰਦਾਰ ਨਰਿੰਦਰ ਸਿੰਘ ਜੀ ਕਪਾਨੀ ਜੋ ਕਿ ਇੱਕ ਮਹਾਨ ਸਾਇੰਟਿਸਟ ਹੋਏ ਨੇ ਅਤੇ ਜਿਨ੍ਹਾਂ ਦੀ ਖੋਜ ਦਾ ਨਤੀਜਾ ਹੈ ਕਿ ਅੱਜ ਮੈਂ ਪੂੰਛ ਵਿੱਚ ਬੈਠਾ ਹਾਂ ਅਤੇ ਸਾਰੇ ਵਿਸ਼ਵ ਦੇ ਅੰਦਰ ਥਾਂ ਥਾਂ ਤੋਂ ਗੁਰਸਿੱਖ ਜੋ ਨੇ ਇਸ ਜੋ ਕਲਾਸ ਦੇ ਵਿੱਚ ਬੈਠੇ ਅਸੀਂ ਇੱਕ ਦੂਜੇ ਨੂੰ ਦੇਖ ਰਹੇ ਹਾਂ ਸੁਣ ਰਹੇ ਹਾਂ। ਅੱਜ ਪੂਰਾ ਵਿਸ਼ਵ ਜੋ ਹੈ ਇੱਕ ਛੋਟੇ ਜਿਹੇ ਗ੍ਰਾਂ ਦਾ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਮੈਡੀਕਲ ਦੀ ਉਸ ਫੀਲਡ ਦੇ ਅੰਦਰ ਅੱਜ ਕਈ ਕਿਸਮ ਦੀਆਂ ਖਤਰਨਾਕ ਬਿਮਾਰੀਆਂ ਦਾ ਜੋ ਇਲਾਜ ਹੈ ਉਹ ਡਾਕਟਰ ਕਪਾਨੀ ਵੱਲੋਂ ਕੀਤੀ ਗਈਆਂ ਖੋਜਾਂ ਦੇ ਆਧਾਰ ਦੇ ਉੱਤੇ ਬਣੀ ਹੋਈ ਜੋ ਮਸ਼ੀਨਰੀ ਹੈ ਉਹਦੇ ਰਾਹੀਂ ਕੀਤਾ ਜਾ ਰਿਹਾ ਹੈ। ਲੱਖ ਵਾਰ ਨਮਸਕਾਰ ਹੈ, ਸਜਦਾ ਹੈ, ਪ੍ਰਣਾਮ ਹੈ ਇਹੋ ਜਿਹੇ ਮਹਾਨ ਸਾਇੰਟਿਸਟ ਨੂੰ ਜਿਸ ਨੇ ਉਹਦੇ ਨਾਲ ਨਾਲ ਇੱਕ ਚੰਗਾ ਗੁਰਸਿੱਖ ਹੋਣ ਦਾ ਆਪਣਾ ਜੋ ਸੀ ਫਰਜ਼ ਵੀ ਦੁਨੀਆਂ ਦੇ ਅੰਦਰ ਨਿਭਾਇਆ ਹੈ। ਇਹਨਾਂ ਗੁਰਸਿੱਖਾਂ ਕਰਕੇ ਹੀ ਦੁਨੀਆਂ ਦੇ ਅੰਦਰ ਸਿੱਖਾਂ ਦੀ ਪਹਿਚਾਣ ਹੈ। ਜਿੱਥੇ ਸਿੱਖਾਂ ਦੀ ਪਹਿਚਾਣ ਹੈ ਉੱਥੇ ਮਹਾਨ ਗੁਰੂ ਦੇ ਫਲਸਫੇ ਦੀ ਗੱਲ ਵੀ ਚੱਲਦੀ ਹੈ, ਮਹਾਨ ਗੁਰੂਆਂ ਬਾਰੇ ਦੁਨੀਆਂ ਨੂੰ ਜਾਣਕਾਰੀ ਵੀ ਮਿਲਦੀ ਹੈ। ਬੋਲਦਿਆਂ ਜ਼ਰੂਰ ਵਰਕਟ ਲਿਖੇ ਲਵੇ ਨਿਕਲੇ ਹੋਣਗੇ, ਸੰਗਤ ਬਖਸ਼ਣਯੋਗ ਹੈ, ਆਸ ਹੈ ਖਿਮਾ ਕਰੋਗੇ ਜੀ, ਹੋਈ ਵਰਕਟ ਲਈ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।